ਸੋਨੂੰ ਜਾਂ ਪਾ ਦੋ ਕਦਮ ਚੱਲ ਕੇ ਤੇਰੀ ਵੀ ਫਤਿਹ ਸਾਂਝੀ ਕਰਾਈਏ, ਕਬੱਡੀ ਦੇ ਪ੍ਰੇਮੀਆਂ ਨੂੰ ਆਪਾਂ ਦਰਸ਼ਨ ਕਰਾਈਏ ਵੀ ਜਦੋਂ ਸਿੱਖੀ ਸਰੂਪ ਦੇ ਵਿੱਚ ਖੇਡਦਾ ਰਿਹਾ ਤਲਵਿੰਦਰ ਸਿੰਘ ਸੋਨੂੰ ਜੰਪ ਬ੍ਰਹਮ ਵਾਲੀ ਆ, ਆਹ ਦੋ ਕਦਮ ਚੱਲ ਕੇ ਆਹ ਵੀ ਨੌਜਵਾਨਾਂ ਚੱਲ ਹੰਦਿਆਂ ਦੇ ਲਾਗੇ। ਸੋ ਸਾਰੇ ਕਬੱਡੀ ਦੇ ਪ੍ਰੇਮੀ ਕੜ ਫਤਿਹ ਸਾਂਝੀ, ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ। ਇਹ ਹੈ ਤਲਵਿੰਦਰ ਸਿੰਘ ਬ੍ਰਹਮ ਵਾਲੀ ਆ ਸੋਨੂੰ ਜੰਪ, ਦੁਨੀਆਂ ਦਾ ਮਹਾਨ ਕਬੱਡੀ ਖਿਡਾਰੀ। ਲੈ ਵੀ ਗੁਰਦਾਸਪੁਰੀ ਆ, ਸੰਦੀਪ ਕਿੱਧਰ ਦੇ ਪਾਸੇ ਹੈ? ਸੰਦੀਪ ਆ ਦੋ ਕਦਮ ਚੱਲ ਕੇ ਕਰ ਫਤਿਹ ਸਾਂਝੀ ਸਾਰੇ ਕਬੱਡੀ ਦੇ ਪ੍ਰੇਮੀਆਂ ਦੇ ਨਾਲ। ਸੋ ਸਾਰੇ ਤਾੜੀਆਂ ਮਾਰਨਗੇ, ਕਰ ਫਤਿਹ ਸਾਂਝੀ ਕਰ ਵੀ ਗੁਰਦਾਸਪੁਰੀ ਆ, ਮਾਝੇ ਦਾ ਮਜੈਲ, ਦੁਨੀਆਂ ਦਾ ਇਹ ਚੋਟੀ ਦਾ ਕਬੱਡੀ ਖਿਡਾਰੀ। ਮੰਗੂਪੁਰੀ ਆ, ਪੰਮਾ ਕਿੱਧਰਲੇ ਪਾਸੇ ਆ? ਬਾਬੇ ਠਾਕਰ ਸਿੰਘ ਦਾ ਪੋਤਾ ਪੰਮਿਆ, ਆਹ ਦੋ ਕਦਮ ਚੱਲ ਕੇ ਜਦੋਂ ਦੁੱਲੇ ਨਾਲ ਪਾਈਆਂ ਕਬੱਡੀਆਂ, ਸੋ ਦੁਨੀਆਂ ਅੱਜ ਵੀ ਯਾਦ ਕਰਦੀ ਹੈ ਕਰ ਫਤਿਹ ਸਾਂਝੀ। ਸੋ ਤਾੜੀਆਂ ਵੱਜਣਗੀਆਂ ਜ਼ੋਰਦਾਰ। ਇਹ ਹੈ ਗੁਰਚਰਨ ਸਿੰਘ ਧੰਜੂ ਦਾ ਪੁੱਤਰ, ਬਾਬੇ ਠਾਕਰ ਸਿੰਘ ਦਾ ਪੋਤਾ, ਮੰਗੂਪੁਰ ਪਿੰਡ ਹੈ ਤਲਵੰਡੀ ਚੌਧਰੀਆਂ ਦੇ ਲਾਗੇ, ਸੁਲਤਾਨਪੁਰ ਲੋਧੀ ਕਪੂਰਥਲਾ। ਬਹੁਤ ਬਹੁਤ ਧੰਨਵਾਦ। ਸੋ ਸਮਾਂ ਆਉਣ 'ਤੇ ਹੋਰ ਬਹੁਤ ਸਾਰੇ ਦੁਨੀਆਂ ਦੇ ਸੁਪਰ ਸਟਾਰ ਖਿਡਾਰੀਆਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਇਸ ਮੈਦਾਨ ਦੇ ਅੰਦਰ। ਬਹੁਤ ਸਾਰੇ ਲੇਜੈਂਡਸ ਅੱਜ ਪੁੱਜੇ ਹੋਏ ਨੇ, ਸੋ ਸਾਰਿਆਂ ਨੂੰ ਜੀ ਆਇਆਂ ਨੂੰ। ਬਹੁਤ ਚੋਟੀ ਦਾ ਮੈਚ, ਬਹੁਤ ਤਕੜਾ ਮੈਚ ਸ਼ੁਰੂ ਹੋਣ ਜਾ ਰਿਹਾ ਅਤੇ ਦੁਨੀਆਂ ਦੇ ਟੋਪਰ ਖਿਡਾਰੀਆਂ ਦੀ ਜਾਣ ਪਹਿਚਾਣ ਖਿਡਾਰੀ ਦੁਨੀਆਂ ਦੇ ਵਿੱਚ ਵੱਖਰਾ ਮੁਕਾਮ ਬਣਾਉਣ ਵਾਲੇ ਅੱਜ ਦੇ ਕਬੱਡੀ ਕੱਪ 'ਤੇ ਪੁੱਜੇ ਹੋਏ ਹੈ। ਵਿਸ਼ੇਸ਼ ਮਾਨ ਸਨਮਾਨ ਕੀਤੇ ਜਾ ਰਹੇ ਕਲੱਬ ਦੇ ਵੱਲੋਂ ਗੋਲਡ ਮੈਡਲਾਂ ਦੇ ਨਾਲ। ਆਹ ਮੈਚ ਇੱਕ ਪਾਸੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਹੈ ਅਤੇ ਦੂਸਰੇ ਪਾਸੇ ਯੂਨਾਈਟਡ ਬ੍ਰੈਂਪਟਨ ਦੀ ਟੀਮ ਐਨ ਸਿਰੇ ਦਾ ਮੁਕਾਬਲਾ। ਪਹਿਲੀ ਰੇਡ ਪਾਉਣ ਦੇ ਲਈ ਬੰਟੀ ਟਿੱਬੇ ਵਾਲਾ ਖੇਡ ਮੈਦਾਨ ਦੇ ਵਿੱਚ ਬਿਲਕੁਲ ਤਿਆਰ ਹੈ। ਉੱਧਰ ਖੁਸ਼ੀ ਦੁੱਗਾਂ ਵਾਲਾ ਤਿਆਰ ਹੈ, ਨਾਲ ਚਿੱਟੀ ਵਾਲਾ ਜੱਗਾ ਹੈ, ਸ਼ਾਕੇ ਵਰਗੇ ਨੌਜਵਾਨ ਤਿਆਰ ਨੇ। ਐਨ ਕਹਿੰਦੇ ਬੰਟੀ ਦੀ ਪਹਿਲੀ ਰੇਡ ਇਸ ਮੈਚ ਦੇ ਵਿੱਚ। ਹਾਂ, ਦੋ ਸੁਰਖਪੁਰੀਏ ਹੋਰ ਸੁਪਰ ਸਟਾਰ ਨੇ, ਮਿੰਦਰ ਤੇ ਠਾਣੇਦਾਰ। ਲੈ ਵੀ ਮਿੰਦਰਾ ਆ ਦੋ ਕਦਮ ਚੱਲ ਕੇ ਗਰਾਊਂਡ ਦੇ ਵਿੱਚ, ਮਿੰਦਰ ਸੁਰਖਪੁਰੀਆ ਤੇ ਬਲਵਿੰਦਰ ਠਾਣੇਦਾਰ ਸੁਰਖਪੁਰੀਆ, ਦੋ ਕਦਮ ਆਓ ਗਰਾਊਂਡ ਦੇ ਵਿੱਚ, ਤੁਹਾਡੀ ਫਤਿਹ ਸਾਂਝੀ ਕਰਾਈਏ। ਚੱਲ ਵੀ ਬਲਵਿੰਦਰ ਸਿੰਘ ਦੋ ਕਦਮ ਚੱਲ ਗਰਾਊਂਡ ਦੇ ਵਿੱਚ ਨੌਜਵਾਨ, ਮਿੰਦਰਾ ਚੱਲ ਨਾਲ, ਮਿੰਦਰ ਸੁਰਖਪੁਰੀਆ ਕਰਦੇ ਫਤਿਹ ਸਾਂਝੀ। ਹਾਰੀਆ ਮਾਰ ਦਿਓ ਜ਼ੋਰਦਾਰ, ਇਹ ਮੰਨੇ ਪਰਵੰਨੇ ਕਬੱਡੀ ਦੇ ਖਿਡਾਰੀ। ਲਾਓ ਇਧਰਲੇ ਪਾਸੇ ਵਰਤਮਾਨ ਖੇਡ ਨਾਲ ਜੁੜੀਏ, ਲਾਓ ਬੰਟੀ ਦੀ ਰੇ। ਅਗਲੀ ਕਬੱਡੀ ਪਾਉਣ ਦੇ ਵਾਸਤੇ ਰਵੀ ਕੈਲਰਾਮ ਮੈਦਾਨ ਦੇ ਅੰਦਰ। ਇਹ ਇਨਡੋਰ ਖੇਡ ਮੇਲਾ, ਇਹਦੇ ਪਾਸੇ ਅਗਲੀ ਕਬੱਡੀ ਪਾਉਣ ਦੇ ਲਈ ਰਵੀ ਕੈਲਰਾਮ ਮੈਦਾਨ ਦੇ ਅੰਦਰ ਵਧਦਾ ਹੋਇਆ ਕਬੱਡੀ ਖਿਡਾਰੀ। ਵਾਹ, ਲਓ ਸਾਹਮਣੇ ਰਵੀ ਕੈਲਰਮ ਦੀ ਪਈ ਹੋਈ ਰੇਡ, ਚਾਰ ਜਾਫੀ ਤਿਆਰ ਨੇ। ਕਿਹੜਾ ਨੌਜਵਾਨ ਗੱਭਰੂ ਕੋਸ਼ਿਸ਼ ਕਰਦਾ ਹੈ, ਆਹ ਮੁਕਾਬਲਾ ਸਖਤ ਹੈ ਦੋਨੋਂ ਖਿਡਾਰੀਆਂ ਦੇ ਦਰਮਿਆਨ। ਜੀਤਾ ਤਲਵੰਡੀ ਚੌਧਰੀਆਂ ਵਾਲਾ, ਕਬੱਡੀ ਕੋਚ ਮਹਿੰਦਰ ਸਿੰਘ ਜੀ ਸੁਰਖਪੁਰ, ਉਹਨਾਂ ਦਾ ਮਾਨ ਸਨਮਾਨ ਜਿਹੜਾ ਕੀਤਾ ਜਾਵੇਗਾ। ਲਓ ਸਾਹਮਣੇ ਇਸ ਵੇਲੇ ਕਹਿੰਦੇ ਗੁਰਦੀਪ ਸਿੰਘ ਭੂਰੀ ਨੇ ਕਬੱਡੀ ਪਾ ਦਿੱਤੀ ਹੈ, ਛੰਨਾ ਵਾਲਾ ਭੂਰੀ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਕਬੱਡੀ। ਖੁਸ਼ੀ ਦੁੱਗਾਂ ਵਾਲੇ ਨਾਲ ਮੁਕਾਬਲਾ ਹੈ ਤੇ ਭੂਰੀ ਛੰਨਾ ਵਾਲਾ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਚਿੱਤਪਾਲ ਚਿੱਟੀ ਵਾਲੇ ਦੀ ਰੇਡ ਸਤਾ ਜੀ, ਕਰਦੇ ਉਸ ਉੱਤੇ ਯਾਰਾ। ਲਓ ਚਿੱਤਪਾਲ ਚਿੱਟੀ ਵਾਲਾ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਕਬੱਡੀ ਖਿਡਾਰੀ। ਵਾਹ, ਪਈ ਹੋਈ ਰੇਡ, ਸ਼ੀਲੂ ਵਰਗੇ, ਯਾਦੇ ਵਰਗੇ, ਆਓ ਤਿਆਰ ਬਰ ਤਿਆਰ ਨੌਜਵਾਨ ਅਰਸ਼ ਵਰਗੇ ਮੰਨੇ ਪਰਵੰਨੇ ਕਬੱਡੀ ਖਿਡਾਰੀ। ਬੀਤੇ ਬਲ ਉਹਨਾਂ ਦਾ ਵੀ ਧੰਨਵਾਦ ਹੈ ਬੀਤਾ ਜੀ। 1 ਮਾਰਚ ਨੂੰ ਕਪੂਰਥਲਾ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਵੱਡਾ ਕਬੱਡੀ ਕੱਪ ਹੋਊਗਾ, ਦੁਆਬਾ ਸਪੋਰਟਸ ਕਲੱਬ, ਉੱਥੇ ਜੱਗੀ ਉਹਨਾਂ ਦਾ, ਸੀਤੇ ਉਹਨਾਂ ਦਾ, ਬਿੰਦੇ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਹੋਵੇਗਾ। ਪਰ ਵਿੰਸਰ ਦੇ ਕਬੱਡੀ ਕੱਪ ਦੀ ਗੱਲ ਕਰੀਏ ਵੀ ਸੈਕਿੰਡ ਸੈਮੀਫਾਈਨਲ, ਆਹ ਵੀ ਬਹੁਤ ਚੋਟੀ ਦਾ। ਆਹ ਮੈਦਾਨ ਦੇ ਅੰਦਰ ਕਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਵੱਧਦਾ ਹੋਇਆ ਖਿਡਾਰੀ। ਵਾਹ, ਮੇਰੀ ਸਾਹ, ਕਮਾਲ ਕਰਦਾ ਹੋਇਆ ਮੁੰਡਾ ਅਗਲੀ ਰੇਡ ਪਾਉਣ ਦੇ ਵਾਸਤੇ ਹਲਕੇ ਹਲਕੇ ਕਦਮਾਂ ਦੇ ਨਾਲ। ਲਓ ਛੋਟਾ ਨਾਥ ਪਿਆਰ ਦੇ ਨਾਲ ਆਖਿਆ ਜਾਂਦਾ। ਉੱਧਰ ਸਾਡੇ ਬੂਟਾ ਲੋਧੀ ਜੀ
ਔਰ ਸਾਡੇ ਬੂਟਾ ਢਿੱਲੋਂ ਜੀ ਉਹਨਾਂ ਦਾ, ਗੁਰਮੁਖ ਸੰਧੂ ਜੀ ਉਹਨਾਂ ਦਾ, ਸਾਰਿਆਂ ਦਾ ਵਿਸ਼ੇਸ਼ ਤੌਰ 'ਤੇ ਕਿੰਗ ਸਪੋਰਟਸ ਕਲੱਬ ਵਾਲਿਆਂ ਦਾ ਧੰਨਵਾਦ ਹੈ। ਕਿੰਗਾਂ ਦਾ ਸਾਡੇ ਸਹਿ ਮੈਨੇਜਰ ਜੀ ਕਹਿੰਦੇ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹੈ। ਆਓ ਸਾਹਮਣੇ ਨੌਜਵਾਨ ਗਬਰੂ ਦੀ ਪਈ ਹੋਈ ਰੇਡ, ਆਹ ਹੈ ਨੌਜਵਾਨ ਜੱਸਾ ਪਰਸਰਾਮਪੁਰੀ ਆ, ਪਿਛਲੇ ਟੂਰਨਾਮੈਂਟ ਦੇ ਵੀ ਸਿਰੇ ਦੀਆਂ ਕਬੱਡੀਆਂ ਪਾ ਗਿਆ। ਆਓ ਨੌਜਵਾਨ ਦੀ ਪਈ ਹੋਈ ਰੇਡ ਤੇ ਜਾਫੀ ਦੀ ਕੋਸ਼ਿਸ਼ ਤੇ ਨੰਬਰ ਧਾਵੀ ਦਾ, ਬੱਗੇ ਪਿੰਡ ਵਾਲਾ ਦੁੱਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵੱਧ ਰਿਹਾ। ਮੱਚਦਾ ਅੰਗਿਆਰ ਕਬੱਡੀ ਦਾ, ਦੁੱਲੇ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਹੈ। ਐਨ ਕਹਿੰਦੇ ਇਸ ਨੌਜਵਾਨ ਦੀ ਖੇਡ ਦੀ ਦੁਨੀਆ ਦਬਾਨੀ ਹੈ। ਬੱਗੇ ਪਿੰਡ ਵਾਲਾ ਦੁੱਲਾ ਖੇਡ ਮੈਦਾਨ ਦੇ ਵਿੱਚ ਪਾ ਰਿਹਾ ਕਬੱਡੀ। ਜਸਵਿੰਦਰ ਸ਼ੋਕਰ ਉਹਨਾਂ ਦੀ ਔਰ ਪੱਪੂ ਸੰਘੇੜਾ ਜੀ ਉਹਨਾਂ ਦੀ, ਮੀਕੇ ਜੌਲ ਉਹਨਾਂ ਦੀ ਖੇਡ ਕਲੱਬ। ਆਹ ਹੈ ਬਰਸਾਲਪੁਰੀ ਆ, ਅਰਸ਼ ਬਰਸਾਲਪੁਰੀ ਆ, ਪਰ ਸਾਹਮਣੇ ਇਸ਼ਾਰਾ ਕੀ ਹੈ ਵੀ ਨੰਬਰ ਜਿਹੜਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਹਿੱਸੇ ਜੁੜਦਾ ਹੋਇਆ ਬੰਟੀ ਦੀ ਰੇਡ। ਰਵਿੰਦਰ ਮਾਵੀ ਜੀ ਤੇ ਮਨਜਿੰਦਰ ਸਿੰਘ ਜੀ ਕੂਨਰ ਸਾਡੇ ਕੋਲ ਪੁੱਜੇ ਨੇ, ਬਹੁਤ ਬਹੁਤ ਧੰਨਵਾਦ ਰਵਿੰਦਰ ਮਾਵੀ ਜੀ ਤੇ ਮਨਜਿੰਦਰ ਸਿੰਘ ਜੀ ਕੂਨਰ, ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਸਾਡੇ ਕੋਲ ਉਚੇਚੇ ਤੌਰ ਤੇ ਪੁੱਜੇ ਨੇ, ਮੇਨ ਸਪੋਂਸਰ ਨੇ ਅੱਜ ਦੇ ਇਸ ਕਬੱਡੀ ਕੱਪ ਦੇ। ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਜੀ ਆਇਆਂ ਨੂੰ ਆਖਦੇ ਹਾਂ। ਸੁਰਖਪੁਰੀ ਅਮਿੰਦਰ ਦਾ ਮਾਨ ਸਨਮਾਨ ਕੀਤਾ ਜਾਊਗਾ ਬਲਵਿੰਦਰ ਥਾਣੇਦਾਰ ਵੱਲੋਂ, ਔਰ ਵਿਸ਼ੇਸ਼ ਤੌਰ 'ਤੇ ਸਾਡੇ ਰੈਫਰੀ ਪੱਪੂ ਜੀ ਉਹਨਾਂ ਦਾ ਮਾਨ ਸਨਮਾਨ ਜੋ ਅਮਰਜੀਤ ਸਿੰਘ ਜੀ ਗਰੇਵਾਲ ਸਾਹਿਬ ਉਹਨਾਂ ਵੱਲੋਂ ਕੀਤਾ ਜਾਊਗਾ। ਬਹੁਤ ਬਹੁਤ ਧੰਨਵਾਦ। ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਰਵੀ ਕੈਲਰਮ, ਰਵੀ ਕੈਲਰਮ ਵਾਲੇ ਨੇ ਕਹਿੰਦੇ ਇਸ ਵੇਲੇ ਕਬੱਡੀ ਪਾ ਦਿੱਤੀ। ਮਨੀਸ਼ ਤਿਆਰ ਹੈ, ਜੀਤਾ ਤਿਆਰ ਹੈ, ਨਾਲ ਕਹਿੰਦੇ ਸ਼ੀਲੂ ਹੈ, ਸੁਰਖਪੁਰੀਆ ਯਾਦਾ ਹੈ। ਹਾਂ ਅੱਜ ਦੇ ਟਾਈਮ ਦਾ ਦੁਨੀਆ ਦਾ ਟੋਪਰ, ਟੱਕਰ ਸਿਰੇ ਦੀ, ਇੱਕ ਜ਼ੋਰ ਨਾਲ ਜਫੇ ਲਾਉਂਦਾ ਰੇਡਰ ਖਰੇ ਖਰੇ ਆ ਟਾਉਂਦਾ। ਟੈਂਕੂ ਬਲਿਹਾਰਾ ਕਹਿੰਦੇ ਸ਼ੀਲੂ ਹੈ ਖਵਾਉਂਦਾ, ਟੈਂਕੂ ਬਲਿਹਾਰਾ ਸ਼ੀਲੂ ਹੈ ਖਵਾਉਂਦਾ, ਪਰ ਕੈਲਰਮ ਵਾਲਾ ਛੇਤੀ ਲੋਟ ਨਹੀਂ ਆਉਂਦਾ, ਕੈਲਰਮ ਵਾਲਾ ਛੇਤੀ ਲੋਟ ਨਹੀਂ ਆਉਂਦਾ, ਕੈਲਰਮ ਵਾਲਾ ਛੇਤੀ ਹੱਥ ਨਹੀਂ ਆਉਂਦਾ। ਆਓ ਬਹੁਤ ਤਕੜਾ ਮੁਕਾਬਲਾ, ਬਹੁਤ ਤਕੜਾ ਰੇਡਰ ਤੇ ਤਕੜਾ ਜਾਫੀ, ਅਗਲੀ ਕਬੱਡੀ ਦੇ ਨਾਲ ਮੈਦਾਨ ਦੇ ਨਾਲ ਆਪਾਂ ਫਿਰ ਜੁੜੀਏ ਸੈਕੰਡ ਸੈਮੀਫਾਈਨਲ ਬਹੁਤ ਚੋਟੀ ਦਾ। ਲਓ ਪਈ ਰੇਡ ਦੇ ਉੱਪਰ ਕੌਣ ਜਫਾ ਲਾਉਣ ਦੀ ਕੋਸ਼ਿਸ਼ ਕਰਦਾ ਵਾ, ਨਹੀਂ ਰੀਸਾਂ ਇਹ ਹੈ ਨੌਜਵਾਨ ਪੂਰੀ, ਬਹੁਤ ਵਧੀਆ ਪੂਰੀ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੋਇਆ ਛੰਨਾ ਵਾਲਾ, ਅਗਲੀ ਕਬੱਡੀ ਪਾਉਣ ਦੇ ਲਈ ਚਿੱਤਪਾਲ ਫਿਰ ਮੈਦਾਨ ਦੇ ਵਿੱਚ ਵੱਧਦਾ ਹੋਇਆ ਕਬੱਡੀ ਖਿਡਾਰੀ। ਚੜ੍ਹਦਾ ਪੰਜਾਬ ਦੇ ਬਲਜੀਤ ਬਾਸੀ ਜੀ ਉਹਨਾਂ ਵੱਲੋਂ ਤੇ ਕਿੰਗਸ ਸਪੋਰਟਸ ਕਲੱਬ ਦੇ ਗੁਰਮੁਖ ਸਿੰਘ ਜੀ, ਸੰਧੂ ਕਿੰਦੂ ਰਮੀਦੀ ਸੀਤਲ ਨਿੱਜਰ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਸਤਿਕਾਰਯੋਗ ਵੀਰ। ਸੋ ਨਾਲ ਸਾਡੇ ਸੋਢੀ ਢੀਂਡਸਾ ਜੀ, 22 ਸਤੰਬਰ ਨੂੰ ਸੈਮ ਨਿੱਜਰ ਜੀ ਕਹਿੰਦੇ ਉਹਨਾਂ ਦਾ ਵੱਡਾ ਮੇਲਾ ਹੋਊਗਾ, ਉਹ ਵੀ ਐਲਾਨ ਕਰ ਦਿਓ। ਲਓ ਅਗਲੀ ਰੇਡ ਮੈਦਾਨ ਦੀ ਗੱਲ ਕਰੀਏ, ਇਹ ਹੈ ਨੌਜਵਾਨ ਕਾਲਾ ਨਾ ਧੂਰ ਕੋਟੀਆ ਗਾਜੀ ਆਣੀ, ਕਾਲੇ ਦਾ ਵੱਡਾ ਨਾ ਖੇਡ ਕਬੱਡੀ ਦੇ ਵਿੱਚ। ਆਹ ਨੌਜਵਾਨ ਦੀ ਪਈ ਹੋਈ ਰੇਡ, ਸੁਰਖਪੁਰ ਦੇ ਮਹਾਨ ਖਿਡਾਰੀ ਹਰਦਵਿੰਦਰਜੀਤ ਸਿੰਘ ਦੁੱਲਾ ਥਾਣੇਦਾਰ, ਮਹਿੰਦਰ ਜੀ ਉਹਨਾਂ ਦਾ ਮਾਨ ਸਨਮਾਨ, ਕਾਲੇ ਨੰਗਲ ਵਾਲਾ ਸੰਦੀਪ, ਅਬਰਾਹਿਮ ਬਾਲ ਦਾ ਸੋਨੂੰ ਜੰਪ, ਮੰਗੂਪੁਰੀਆ ਪੰਮਾ ਧੰਜੂ ਪੁੱਜੇ ਹੋਏ ਤੇ ਸਾਹਮਣੇ ਵੇਖਦਾ ਵੀ ਇਸ ਵੇਲੇ ਜੱਗਾ ਚਿੱਟੀ ਵਾਲਾ ਇੰਦਰਜੀਤ ਧੋਗੇ ਉਹਨਾਂ ਦੀ, ਹਰਵਿੰਦਰ ਬਾਸੀ ਉਹਨਾਂ ਦੀ ਟੀਮ ਲਈ ਬੱਲੇ ਬੱਲੇ ਕਰਵਾਉਂਦਾ ਹੋਇਆ ਸਾਹਮਣੇ ਨੌਜਵਾਨ ਛੋਟੇ ਨਾਂ ਦੀ ਰੇਡ। ਉਸਤਾਦ ਜੀ ਕਰ ਦਿਓ ਸਿਫਤ ਯਾਰਾ, ਚਿੱਟੀ ਵਾਲੇ ਜੱਗੇ ਦੇ ਵਾਸਤੇ $200 GBL ਲੋਜਿਸਟਿਕ ਮੋਂਟਰੀਅਲ ਤੋਂ ਤੇ OTT ਮੋਂਟਰੀਅਲ ਤੋਂ ਇਹਨਾਂ ਵੱਲੋਂ $200 ਚਿੱਟੀ ਵਾਲੇ ਜੱਗੇ ਦੇ ਵਾਸਤੇ ਮਾਨ ਸਨਮਾਨ ਨੇ। ਲਓ ਇਧਰਲੇ ਪਾਸੇ ਰੇਡ, ਅਗਲੀ ਰੇਡ ਦੀ ਗੱਲ ਕਰੀਏ, ਇਹ ਹੈ ਜਸਕਰਨ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਤਿਆਰ ਵਰ ਤਿਆਰ, ਧਾਲੀਵਾਲ ਬੇੜ ਦਾ ਇੱਕ ਜਸਕਰਨ ਹੈ ਉਸਤਾਦ ਜੀ ਪ੍ਰੋਫੈਸਰ ਮੱਖਣ ਸਿੰਘ ਜੀ ਉਹਨਾਂ ਦਾ, ਜਿਨ੍ਹਾਂ ਨੇ ਵੱਡਾ ਮਾਨ ਸਨਮਾਨ ਕੀਤਾ ਸੀਗਾ। ਆਓ ਇੱਕ ਆਹ ਜਸਕਰਨ ਅਗਲੀ ਕਬੱਡੀ ਪਾਉਣ ਦੇ ਵਾਸਤੇ ਧਨੋਆ ਪਰਿਵਾਰ ਦਾ ਜੱਸਾ ਪਰਸਰਾਮਪੁਰੀ ਆ ਮੈਦਾਨ ਦੇ ਅੰਦਰ ਵੱਧਦਾ ਹੋਇਆ ਕਬੱਡੀ ਖਿਡਾਰੀ ਜੱਸਾ ਪਰਸਰਾਮਪੁਰੀ ਆ। ਆਓ ਹਲਕਾ ਜਿਹਾ ਟੱਚ ਕਰਦਾ ਤੇ ਪੁਆਇੰਟ ਜੋੜਦਾ ਆਪਣੀ ਟੀਮ ਦੇ ਵਾਸਤੇ। ਲਓ ਲੱਖ ਲੱਖ ਦੀ ਕਬੱਡੀ, ਇਕੱਲੇ ਇਕੱਲੇ ਦਾ ਜਫਾ। ਲਓ ਬੱਗੇ ਪਿੰਡ ਵਾਲਾ ਦੁੱਲਾ ਆ ਗਿਆ ਰੇਡ ਪਾਉਣ ਦੇ ਲਈ, ਦੁੱਲਾ ਬੱਗੇ ਪਿੰਡ ਵਾਲਾ ਹੈ,
ਯਾਦੇ ਵਰਗੇ ਤਿਆਰ ਨੇ, ਅਰਸ਼ ਵਰਗੇ, ਜੀਤੇ ਵਰਗੇ, ਹੁਣ ਕੌਣ ਬੱਲੇ ਬੱਲੇ ਕਰਵਾਵੇਗਾ? ਕਿੰਗ ਸਪੋਰਟਸ ਕਲੱਬ ਸੈਕਰਾਮੈਂਟੋ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਗੁਰਮੁਖ ਸੰਧੂ ਹੋਣਾ ਦਾ। ਗੋਲਡ ਮੈਡਲਾਂ ਦੇ ਮਾਨ ਸਨਮਾਨ ਜਿਹੜੇ ਕੀਤੇ ਜਾਣੇ ਹੈ। ਉਸਤਾਦ ਜੀ ਜੱਗੀ ਬਾਲੀ ਜੀ ਕਹਿੰਦੇ ਇੱਕ ਵਾਰ ਰਿਪੀਟ ਕਰ ਦਈਏ ਵੀ ਕਿਹੜੀਆਂ ਕਿਹੜੀਆਂ ਸ਼ਖਸੀਅਤਾਂ ਵੱਲੋਂ ਕਿਹੜੀਆਂ ਸ਼ਖਸੀਅਤਾਂ ਦੇ ਮਾਨ ਸਨਮਾਨ ਦੁਨੀਆਂ ਦੇ ਟੌਪਰ ਆਓ ਪਰ ਵੇਖਦਾ ਵੀ ਦੁੱਲਾ ਬੱਗੇ ਪਿੰਡ ਵਾਲਾ ਬਲਵੀਰ ਦੁੱਲੇ ਦੇ ਹਰੇਕ ਨੰਬਰ ਦੇ ਵਾਸਤੇ $100 ਹੋਊਗਾ। ਜੇ ਜਾਫੀ ਜਫਾ ਲਾ ਗਿਆ ਤੇ ਜਾਫੀ ਦਾ, ਨਹੀਂ ਤਾਂ ਬੱਗੇ ਪਿੰਡ ਦੇ ਦੁੱਲੇ ਨੂੰ ਹਰੇਕ ਨੰਬਰ ਲਈ $100। ਕਾਲਾ ਯੂਕੇ, ਵਿੱਕੀ ਯੂਕੇ, ਲਾਲੀ USA ਤੇ ਬਿੰਦਾ ਭਰੋਲੀ UK, ਇਹਨਾਂ ਵੱਲੋਂ ਹਰੇਕ ਨੰਬਰ ਦੇ ਲਈ $100 ਦੇ ਹਰ ਨੰਬਰ ਤੇ ਕਹਿੰਦੇ $100 ਦੀ ਗੱਲ ਕਰ ਦਿੱਤੀ ਹੈ। ਆਹ ਦੁੱਗਾਂ ਵਾਲਾ ਖੁਸ਼ੀ ਪਰ ਟਿੱਬੇ ਵਾਲਾ ਬੰਟੀ ਤਕੜਾ ਨੰਬਰ ਜਿਹੜਾ ਹੈ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਸਾਡੇ ਬੂਟਾ ਲੋਧੀ ਜੀ, ਸੀਤਲ ਨਿੱਜਰ ਜੀ, ਕਿੰਦੂ ਵਰ, ਰਮੀਤ ਜੀ, ਗੁਰਨੇਕ ਢਿੱਲੋਂ, ਸੋਢੀ ਜੀ ਸਜਾਵਲਪੁਰ ਵਾਲੇ ਤੇ ਬਲਜੀਤ ਬਾਸੀ ਜੀ, ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਜੱਗੀ ਬੱਲ ਉਹਨਾਂ ਦਾ, ਸੀਤੇ ਬੱਲ ਉਹਨਾਂ ਦਾ, ਅੱਜ ਦਾ ਮੇਲਾ ਹੈ, ਐਨ ਦੁਨੀਆਂ ਦੇ ਵਿੱਚ ਧੁੰਮਾਂ ਪਈਆਂ ਹੋਈਆਂ ਨੇ। ਆਓ ਵੇਖਦਾ ਵੀ ਇਸ ਵੇਲੇ ਰਵੀ ਕੈਲਰਮ ਦੀ ਪਈ ਹੋਰ ਰੇਡ, ਜੀਤਾ ਤਲਵੰਡੀ ਚੌਧਰੀਆਂ ਵਾਲਾ, ਪਰ ਨੰਬਰ ਰਵੀ ਇਸ ਵੇਲੇ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਲਈ। ਧੀਰੇ ਸੰਧੂ ਹੋਣਾ ਦੀ ਟੀਮ ਹੈ, ਮਾਣੂ ਕੇ ਸੰਧੂ ਵਾਲਿਆਂ ਦੀ, ਮਨਜੀਤ ਸਿੰਘ ਜੀ ਗੋਤੜਾ ਉਹਨਾਂ ਦੀ, ਖੇਡ ਕਲੱਬ ਸੁੱਖੇ ਬਾਸੀ ਦੀ, ਹਰਵਿੰਦਰ ਬਾਸੀ ਉਹਨਾਂ ਦੀ, ਮਹਾਵੀਰ ਗਰੇਵਾਲ ਉਹਨਾਂ ਦੀ, ਜਾਂ ਸੋਹਲ ਉਹਨਾਂ ਦੀ ਟੀਮ, ਔਰ ਜੋ ਦੂਸਰੇ ਪਾਸੇ ਰਾਜਵਿੰਦਰ ਕੋਨਰ ਜੀ ਸਾਡੇ, ਉਹਨਾਂ ਦਾ ਵੀ ਧੰਨਵਾਦ ਹੈ। ਪੱਪੂ ਸੰਘੇੜਾ ਜੀ ਤਲਵਣ ਵਾਲੇ, ਮੋਰੋ ਪਿੰਡ ਦੇ ਗੋਖੇ ਟਵਾਲ ਦੀ, ਜਸਵਿੰਦਰ ਸਿੰਘ ਛੋਕਰ ਉਹਨਾਂ ਦੀ ਟੀਮ, ਆਹ ਨੌਜਵਾਨ ਇਸ ਵੇਲੇ ਚਿਤਪਾਲ ਕਬੱਡੀ ਪਾਲ ਸਿੰਘ ਚਿੱਟੀ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ ਵਧਦਾ ਹੋਇਆ ਖਿਡਾਰੀ। ਸ਼ੀਲੂ ਯਾਦਾ ਨਾਲ ਦੇਖਦਾ ਵੀ ਤਲਵੰਡੀ ਚੌਧਰੀਆਂ ਵਾਲਾ ਜੀਤਾ ਤੇ ਨਾਲ ਅਰਸ਼ ਨਾਲ ਸ਼ੀਲੂ, ਦੁਨੀਆਂ ਦਾ ਚਹੇਤਾ ਕਬੱਡੀ ਖਿਡਾਰੀ ਵੈਲੀ ਭੱਜ ਤੁਰਿਆ ਜੀਤੇ ਮੌੜ ਦਾ ਪੰਗਾ ਪਾ ਕੇ। ਆਹ ਸਿੰਘ ਫਸ ਗਏ ਕੁੰਡੀਆਂ ਦੇ, ਮਿੱਤਰਾ ਬਹਿ ਜਾ ਗੋਡੀ ਲਾ ਕੇ, ਚੂੜ ਚੱਕੀ ਆ ਸਵਰਨੇ ਵੈਲੀ ਦੀ ਗੱਲ ਹੋਈ। ਸਾਹਮਣੇ ਵੇਖਦਾ ਵੀ ਕਾਲਾ ਨੌਜਵਾਨ ਇਸ ਵੇਲੇ ਧੂਰ ਕੋਟੀਆ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਹੁਣ ਚਿੱਟੀ ਵਾਲਾ ਕਿਹੋ ਜਿਹਾ ਕਮਾਲ ਕਰੂ ਇੰਟਰਨੈਸ਼ਨਲ ਪੰਜਾਬੀ ਸਪੋਰਟ ਦੇ ਲਈ, ਔਰ ਜਾਂ ਫਿਰ ਦੁੱਗਾਂ ਵਾਲਾ ਲੰਮੇ ਸਮੇਂ ਤੋਂ ਖੇਡ ਰਿਹਾ ਇੰਟਰਨੈਸ਼ਨਲ ਦੇ ਲਈ। ਆਹ ਸ਼ਾਕਾ ਨੌਜਵਾਨ ਦਿਆਲਪੁਰੀ ਹੈ, ਐਨ ਟੱਕਰ ਸਿਰੇ ਦੀ ਹੈ, ਜ਼ੋਰ ਲੱਗਿਆ ਹੋਇਆ ਕਿ ਜ਼ੋਰ ਤੇ ਜਵਾਨੀ ਯਾਰ ਉਮਰਾਂ ਦਾ ਖੇਡ ਵੀ ਇਹਦੇ ਵਿੱਚ ਹੁੰਦਾ ਯਾਰ, ਉਸਾਨਾ ਵਾਲਾ ਭੇੜ ਵੀ। ਗਗਨ ਮੋਤੀ ਜੀ, ਮਾਈਕ ਟੈਨ ਜੀ, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਗਗਨ ਮੋਤੀ ਜੀ ਤੇ ਮਾਈਕ ਟੈਨ ਜੀ, ਇਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਸਾਹਮਣੇ ਛੋਟਾ ਨਾਥ ਆ ਗਿਆ ਕਬੱਡੀ ਪਾਉਣ ਦੇ ਲਈ। ਹੁਣ ਚੌਂ ਦੇ ਵਿੱਚੋਂ ਅਰਸ਼, ਪਰ ਸਾਹਮਣੇ ਇਸ਼ਾਰਾ ਕੀ ਹੈ ਵੀ ਨੰਬਰ ਇਹ ਨੌਜਵਾਨ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਲਓ ਅਗਲੀ ਰੇਡ ਦੇ ਨਾਲ ਜੁੜੀਏ ਫਿਰ ਮੈਦਾਨ ਦੇ ਨਾਲ, ਬੋਲੇਗਾ ਧਾਵਾ ਇਸ ਖਿਡਾਰੀ ਦਾ। GBL ਲੋਜਿਸਟਿਕ ਮੋਂਟਰੀਅਲ ਤੇ OTT ਮੋਂਟਰੀਅਲ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਨਾਲ ਕਾਲਾ UK ਦਾ, ਵਿੱਕੀ UK ਦਾ, ਲਾਲੀ USA ਦਾ, ਬਿੰਦਾ ਭਰੋਲੀ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇਹ ਸਾਡੇ ਸਤਿਕਾਰਯੋਗ ਵੀਰ ਜਿਹਨਾਂ ਦਾ ਸਹਿਯੋਗ ਬਹੁਤ ਵੱਡਾ ਅੱਜ ਦੇ ਇਸ ਕਬੱਡੀ ਕੱਪ ਨੂੰ ਕਾਮਯਾਬ ਕਰਨ ਦੇ ਵਾਸਤੇ। ਗੋਲਡ ਮੈਡਲਾਂ ਦੇ ਨਾਲ ਮਾਨ ਸਨਮਾਨ ਕੀਤੇ ਜਾਣਗੇ ਮਾਨਯੋਗ ਸ਼ਖਸੀਅਤਾਂ ਦੇ। ਪ੍ਰੋਫੈਸਰ ਮੱਖਣ ਸਿੰਘ ਜੀ ਦਾ ਮਾਨ ਸਨਮਾਨ, ਬਿੰਦਾ ਭਰੋਲੀ ਜੀ ਤੇ ਸੀਤਾ ਬਾਲ ਜੀ, WKC ਸਾਰੀ ਟੀਮ ਵੱਲੋਂ ਇਹ ਮਾਨ ਸਨਮਾਨ ਦਿੱਤਾ ਜਾਊਗਾ। ਔਰ ਉੱਥੇ ਬੱਬੂ ਦਾ ਮਾਨ ਸਨਮਾਨ ਜੋ ਹੈ ਸੁਖਵਿੰਦਰ ਸਿੰਘ ਜੀ ਚੰਦੀ ਤੇ WKC ਦੀ ਸਾਰੀ ਟੀਮ ਵੱਲੋਂ ਇਹ ਮਾਨ ਸਨਮਾਨ ਦਿੱਤਾ ਜਾਊਗਾ। ਔਰ ਸੁਖਚੈਨ ਨਾਗਰੇ ਦਾ ਜੋ ਮਾਨ ਸਨਮਾਨ ਹੈ ਗੁਰਪ੍ਰੀਤ ਸਿੰਘ ਜੀ ਤੇ ਨਾਲ ਹਰਦੀਪ ਸਿੰਘ ਜੀ ਤੇ ਸਮੁੱਚੀ ਕਲੱਬ ਵੱਲੋਂ ਇਹ ਮਾਨ ਸਨਮਾਨ ਦਿੱਤਾ ਜਾਊਗਾ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੋਨੂੰ ਜੀ ਦਾ, ਗੁਰਪ੍ਰੀਤ ਸਿੰਘ ਤੇ
ਹਰਦੀਪ ਜੀ ਉਹਨਾਂ ਦਾ, ਸਾਰੇ ਸਤਿਕਾਰਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਲਓ ਜੱਸਾ ਪਰਸਰਾਮਪੁਰੀ ਅਗਲੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ, ਯੂਨਾਈਟਡ ਬ੍ਰੈਂਪਟਨ ਦੀ ਖੇਡ ਕਲੱਬ ਦਾ ਮੰਨਿਆ ਪ੍ਰਮੰਨਿਆ ਕਬੱਡੀ ਖਿਡਾਰੀ ਆ ਦੁੱਗਾਂ ਵਾਲਾ, ਦੁੱਗਾਂ ਵਾਲਾ ਆ ਕਰਾਊ ਦੁੱਗ ਦੁੱਗ ਆ ਡੱਕਣ ਦੀ ਕੋਸ਼ਿਸ਼ ਕਰਦਾ ਤੇ ਪੰਡ ਸਮੇਂ ਨੇ ਕਰਨਾ ਫੈਸਲਾ। ਕਬੱਡੀ 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 ਸਿਰਾ ਹੋਏ ਗੱਭਰੂਆ, ਸਿਰਾ ਹੋਏ ਗੱਭਰੂਆ, ਸਿਰਾ ਹੋਏ ਗੱਭਰੂਆ। ਜੱਸੇ ਦੀ ਖੇਡ ਵਧੀਆ ਲੱਗੀ, ਇੱਕ ਵਾਰੀ ਤਾੜੀਆਂ ਮਾਰ ਦਿਓ ਜੱਸੇ ਦੇ ਨਾਂ ਤੇ। ਪਿਛਲੇ ਟੂਰਨਾਮੈਂਟ ਦੇ ਵੀ ਬੱਲੇ ਬੱਲੇ ਕਰਵਾਈ ਪਰ ਸਰਾਮਪੁਰੀਏ ਨੇ, ਪਰ ਸਾਹਮਣੇ ਵੇਖਦਾ ਵੀ ਇਹ ਹੈ ਚਿੱਤਪਾਲ ਚਿੱਟੀ ਵਾਲਾ, ਰੱਜ ਕੇ ਸੁਨੱਖਾ ਗੱਭਰੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਹੁਣ ਸ਼ੀਲੂ ਅਰਸ਼ ਜੀਤਾ ਤੇ ਕਹਿੰਦੇ ਯਾਦਾਂ ਸੁਰਖਪੁਰੀਆ, ਚਾਰੇ ਜਾਫੀ ਸਿਰੇ ਦੇ ਹੈ, ਮੰਨੀ ਪਰਮੰਨੀ ਸਟੋਪ ਲਾਈਨ ਹੈ। ਆ ਬਾਦਸ਼ਾਹ ਆਖਦੇ ਕਬੱਡੀ ਦਾ, ਕੋਈ ਸਰਪੰਚ ਆਖਦਾ ਦਾ ਲਾਉਂਦਾ, ਰੇਡਰ ਖਰੇ ਖਰੇ ਹਟਾਉਂਦਾ, ਖਰੇ ਖਰੇ ਹਟਾਉਂਦਾ ਜੱਫਾ ਜਾਦੇ ਦਾ, ਲੋਕ ਹੈ ਨਚਾਉਂਦਾ, ਇਹ ਹੈ ਜੱਫਾ ਜਾਦੇ ਦਾ, ਦਰਸ਼ਕਾਂ ਨੂੰ ਨਚਾਉਂਦਾ ਯਾਦੇ ਦਾ ਜੱਫਾ। ਸਾਹਮਣੇ ਕਬੱਡੀ ਬਾਂਟੀ ਦੀ ਉਸਤਾਦੀ ਕਰ ਲਓ, ਯਾਦੇ ਲਈ $100 ਜਸਵਿੰਦਰ ਸ਼ੋਕਰ ਜੀ, ਮਨਜੋਤ ਸਿੰਘ ਜੀ ਥਿੰਦ, ਨਵਜੋਤ ਥਿੰਦ ਜੀ ਅਤੇ ਗੁਰਮੁਖ ਸਿੰਘ ਜੀ ਅਟਵਾਲ, ਹਰਜਿੰਦਰ ਸਿੰਘ, ਪੱਪੂ ਸੰਘੇੜਾ ਜੀ, ਰਜਿੰਦਰ ਸਿੰਘ ਜੀ, ਰਾਜਵਿੰਦਰ ਕੂਨਰ ਜੀ ਅਤੇ ਸਰਪੰਚ ਜਸਵਿੰਦਰ ਸਿੰਘ, ਜੋਗਿੰਦਰ ਸਿੰਘ ਜੀ। ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਨਾਥ, ਨਾਥ ਮੈਦਾਨ ਦੇ ਅੰਦਰ ਵਾਧਾ ਹੋਇਆ, ਫਿਰ ਸ਼ੀਲੂ ਸਵਾਦ ਸਵਾਦ ਕਬੱਡੀ ਕਬੱਡੀ, ਵਾਹ ਓਏ ਨਾਥ, ਨਹੀਂ ਉਰੀਸਾ ਤੇਰੀਆਂ ਸਾਦੀ ਭੂਰੀ ਆ ਗਿਆ ਰੇਡ ਪਾਉਣ ਦੇ ਲਈ। ਆਹ ਕਰਦਾ ਪ੍ਰਦਰਸ਼ਨ ਮੈਦਾਨ ਦੇ ਅੰਦਰ, ਜਿਵੇਂ ਰਸ਼ੀਅਨ ਗੰਨਾਂ ਦਾ, ਪ੍ਰੋਫੈਸਰ ਮੱਖਣ ਸਿੰਘ ਜੀ ਨੇ ਬੋਲਿਆ ਵੀ ਇਹ ਕਰਦਾ ਪ੍ਰਦਰਸ਼ਨ ਜਿਵੇਂ ਰਸ਼ੀਅਨ ਗੰਨਾਂ ਦਾ, ਖੇਡਦਾ ਟੌਪ ਦੀ ਕਬੱਡੀ, ਭੂਰੀ ਪਿੰਡ ਛੰਨਾ ਦਾ ਖੇਡਦਾ ਟੌਪ ਦੀ ਕਬੱਡੀ, ਭੂਰੀ ਪਿੰਡ ਛੰਨਾ ਦਾ। ਆਓ ਸਾਹਮਣੇ ਇਹ ਨੌਜਵਾਨ ਛੰਨਾ ਵਾਲਾ ਗੁਰਦੀਪ ਸਿੰਘ ਧਾਲੀਵਾਲ, ਐਨ ਮੰਨਿਆ ਪਰਮੰਨਿਆ ਖਿਡਾਰੀ, ਅਗਲੀ ਰੇਡ ਕੈਲਰਮ ਵਾਲਾ ਰਵੀ, ਚਰਚਾ ਕੈਨੇਡਾ ਵਿੱਚ ਕਰਾਈ ਹੋਈ ਹੈ, ਰਵੀ ਕੈਲਰਮ ਨੇ ਵੀ ਐਨ ਬੱਲੇ ਬੱਲੇ ਕਰਵਾਈ ਹੋਈ ਹੈ। ਹੁਣ ਯਾਦਾਂ ਸੁਰਖਪੁਰੀਆ, ਪਹਿਲੇ ਵੀ ਜਫਾ ਫੇਰ ਜਫਾ, ਜਸਵਿੰਦਰ ਸ਼ੋਕਰ ਨੂੰ ਮਾਣ ਹੈ ਇਸ ਨੌਜਵਾਨ ਦੀ ਖੇਡ ਤੇ, ਪਰ ਨੰਬਰ ਜਿਹੜਾ ਹੈ ਰੇਡਰ ਦੇ ਹਿੱਸੇ ਜਾ ਜੁੜਿਆ, ਅਗਲੀ ਰੇਡ ਕਾਲੇ ਦੀ ਪੈਣ ਜਾ ਰਹੀ ਹੈ। ਮਹਿੰਦਰ ਦਿਓਲ ਜੀ ਉਹਨਾਂ ਵੱਲੋਂ ਮਾਨ ਸਨਮਾਨ, ਗੁਰਦਾਸਪੁਰੀ ਸੰਦੀਪ ਦਾ ਕੀਤਾ ਜਾਊਗਾ ਗੋਲਡ ਮੈਡਲ ਦੇ ਨਾਲ, ਦਿਓਲ ਸਾਹਿਬ ਉਹਨਾਂ ਦਾ ਵੀ ਧੰਨਵਾਦ ਸਮੁੱਚੀ ਕਲੱਬ ਦਾ। ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਕਾਲਾ ਮੈਦਾਨ ਦੇ ਅੰਦਰ, ਵਧਦਾ ਹੋਇਆ ਕਬੱਡੀ ਖਿਡਾਰੀ, ਵਾਹ ਬਹੁਤ ਵਧੀਆ ਪ੍ਰਦਰਸ਼ਨ ਚੱਲਦਾ ਹੋਇਆ, ਬੱਲੇ ਬੱਲੇ ਹੋਈ ਪਈ ਤੇ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ, ਬਹੁਤ ਤਕੜਾ ਦੇ ਵਾਸਤੇ $100 ਜਸਵਿੰਦਰ ਸਿੰਘ ਜੀ ਸ਼ੋਕਰ, ਨਵਜੋਤ ਸਿੰਘ ਜੀ ਥਿੰਦ ਤੇ ਨਾਲ ਗੁਰਵਿੰਦਰ ਸਿੰਘ ਜੀ ਅਟਵਾਲ ਤੇ ਰਾਜਵਿੰਦਰ ਕੂਨਰ ਜੀ ਜੀ। ਲਾ ਬੱਗੇ ਪਿੰਡ ਵਾਲੇ ਦੁੱਲੇ ਨੇ ਰੇਡ ਪਾ ਦਿੱਤੀ ਹੈ, ਦੁੱਲਾ ਬੱਗੇ ਪਿੰਡ ਵਾਲਾ ਮਹਾਨ ਕਬੱਡੀ ਖਿਡਾਰੀਆਂ ਦੀ ਧਰਤੀ ਹੈ, ਸ਼ਾਹਕੋਟ ਦਾ ਇਲਾਕਾ ਹੈ, ਬੱਗੇ ਪਿੰਡ ਦੇ ਨਾਲ ਕਹਿੰਦੇ ਰੌਤਾ ਪਿੰਡ ਪਵਨੇ ਦਾ ਹੈ, ਔਰ ਨਾਲ ਕਹਿੰਦੇ ਬਾਜਵਾ ਇੰਦਰਪਾਲ ਬਿੰਦੂ ਅੰਕੇ ਹੁਣਾਂ ਦਾ, ਨੰਗਲ ਅੰਬੀਆਂ ਦੀ ਗੱਲ ਹੁੰਦੀ, ਸੰਦੀਪ ਦਾ ਪਿੰਡ ਤੇ ਆ ਹੈ ਨੌਜਵਾਨ, ਦੁੱਲਾ ਬੱਗੇ ਪਿੰਡ ਵਾਲਾ ਹੈ, ਤਕੜਾ ਨੰਬਰ ਆਪਣੀ ਜੁੜਦਾ ਹੋਇਆ। ਕਾਲਾ ਜੀ UK ਵਾਲੇ, ਵਿੱਕੀ UK, ਲਾਲੀ USA, ਲਾਲੀ ਭਰੋਲੀ USA ਤੇ ਭਿੰਦਾ ਭਰੋਲੀ, ਇਹਨਾਂ ਵੱਲੋਂ ਦੁੱਲੇ ਦੇ ਹਰ ਨੰਬਰ ਤੇ $100 ਦੀ ਗੱਲ ਹੈ। ਸਾਹਮਣੇ ਬੰਟੀ ਨੇ ਕਬੱਡੀ ਪਾ ਦਿੱਤੀ ਹੈ, ਟਿੱਬੇ ਵਾਲਾ ਗੁਰਵਿੰਦਰ ਸਿੰਘ, ਕੋਲੀਆਂ ਵਾਲ ਪਿੰਡ ਹੈ ਪਰ ਬੰਟੀ ਟਿੱਬੇ ਦੇ ਨਾਂ ਦੇ ਨਾਲ ਦੁਨੀਆਂ ਦੇ ਵਿੱਚ ਪ੍ਰਸਿੱਧ ਹੈ। ਹਾਂਜੀ, ਸਾਡੇ ਬੰਟੀ ਲਈ ਵੀ $100 ਤੇ ਅੱਜ ਦੇ ਮੇਨ ਸਪਾਂਸਰ ਐਡ ਬਸ਼ੀਰੀ, ਐਡ ਬਸ਼ੀਰੀ ਐਂਡ ਹਿਸ ਵਾਈਫ, ਦੇ ਆਲਰੇਡੀ ਜੁਆਇਨ ਅਸ ਔਨ ਦਾ ਮੇਨ ਸਟੇਜ, ਥੈਂਕ ਯੂ ਵੈਰੀ ਮੱਚ ਐਡ।
So Ed is the main sponsor today with big numbers of money. So we hope next 10 years he's giving us the commitment. So Ed Bashiri is on the stage. Thank you very much, Ed. Have a seat, please. ਮੈਂ ਗੁਜ਼ਾਰਿਸ਼ ਕਰਾਂਗਾ ਕਿ ਸੈਮੀ ਫਾਈਨਲ ਤੋਂ ਪਹਿਲਾਂ ਬਾਅਦ ਦੇ ਵਿੱਚ ਜੋ ਸਾਡੇ ਅੱਜ ਦੇ 15 ਮੇਨ ਸਪੋਂਸਰ ਪਲੈਂਟੀਨਮ ਸਪੋਂਸਰ ਉਹ ਪਲੀਜ਼ ਆਪ ਜਾਂ ਆਪਣਾ ਇੱਕ ਇੱਕ ਰੈਪ੍ਰਜੈਂਟ ਸਾਨੂੰ ਮੇਨ ਸਟੇਜ ਵਾਸਤੇ ਦੇ ਦੇਣ ਅਗੇਨ ਪਲੈਂਟੀਨਮ ਐਂਡ ਅਬਵ ਸਪੋਂਸਰਸ ਸਾਡੇ 15 ਹਨ ਅਤੇ 15 ਫਰੰਟ ਸੀਟਸ ਲੱਗੀਆਂ ਹੋਈਆਂ ਨੇ ਮੇਨ ਸਟੇਜ ਦੇ ਉੱਪਰ ਸੋ ਫਾਈਨਲ ਤੋਂ ਪਹਿਲਾਂ ਉਹ ਆਪ ਜਾਂ ਆਪਣਾ ਇੱਕ ਇੱਕ ਰੈਪ੍ਰਜੈਂਟੇਟਿਵ ਸਾਨੂੰ ਦੇ ਦੇਣ ਪਲੀਜ਼ ਥੈਂਕ ਯੂ ਉਧਰ ਬੰਟੀ ਦੇ ਲਈ ਜਸਵਿੰਦਰ ਸ਼ੋਕਰ ਜੀ ਨਵਜੋਤ ਸਿੰਘ ਜੀ ਗੁਰਮੁਖ ਸਿੰਘ ਜੀ ਟਵਾਲ ਹਰਜਿੰਦਰ ਸਿੰਘ ਜੀ ਸੰਘੇੜਾ ਸਰਪੰਚ ਸਾਡੇ ਜਗਵਿੰਦਰ ਸਿੰਘ ਜੀ ਥਿੰਦ ਉਹਨਾਂ ਵੱਲੋਂ $100 ਦੇ ਮਾਨ ਸਨਮਾਨ ਜਿਹੜੇ ਦਿੱਤੇ ਜਾ ਰਹੇ ਹੈ ਲਓ ਸਾਹਮਣੇ ਇਸ ਵੇਲੇ ਨੌਜਵਾਨ ਗੱਭਰੂ ਭੂਰੀ ਛੰਨਾ ਵਾਲਾ ਇਸ ਵੇਲੇ ਤਕੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਨਾਥ ਦੀ ਕਬੱਡੀ ਉਸਤਾਦ ਜੀ ਕਰਿਓ ਗੱਲ ਨਾਥ ਆ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਛੋਟਾ ਨਾਥ ਸੀਹਾ ਦੁੰਦ ਵਾਲਾ ਲਾਹ ਪਈ ਹੋਈ ਰੇਡ ਚੜ੍ਹਦੀ ਜੀ ਵਰੇਸ ਦਾ ਮੁੰਡਾ 21-22 ਸਾਲ ਉਮਰ ਹੈ ਔਰ ਥੋੜੇ ਸਮੇਂ ਦੇ ਵਿੱਚ ਟੋਪਰ ਕਬੱਡੀ ਖਿਡਾਰੀ ਬਣਿਆ ਲਾਹ ਇਸ ਸਮੇਂ ਪੁਆਇੰਟ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਦੇ ਵਾਸਤੇ ਜੋੜਨ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਅਗਲੀ ਰੇਡ ਧੂਰਕੋਟ ਵਾਲੇ ਕਾਲੇ ਦੀ ਮੈਦਾਨ ਦੇ ਅੰਦਰ ਆਹ ਪੈਂਦੀ ਆ ਕਬੱਡੀਆਂ ਨੇ ਚੜ੍ਹ ਚੜ੍ਹ ਕੇ ਯੂਨਾਈਟਡ ਬ੍ਰੈਂਪਟਨ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਮੋਰੋ ਪਿੰਡ ਵਾਲਾ ਗੋਖਾ ਟਵਾਲ ਤਲਵਣ ਦੇ ਪੱਪੂ ਸੰਘੇੜਾ ਜੀ ਆਪਣੀ ਟੀਮ ਦੇ ਨਾਲ ਹੈ ਆਓ ਸਾਹਮਣੇ ਚਿੱਤਪਾਲ ਚਿੱਟੀ ਵਾਲਾ ਇੰਦਰਜੀਤ ਧੁੱਗੇ ਉਹਨਾਂ ਦੀ ਟੀਮ ਵੱਲੋਂ ਇਹ ਮਨਜੀਤ ਸਿੰਘ ਜੀ ਗੋਤੜੇ ਉਹਨਾਂ ਦੀ ਟੀਮ ਵੱਲੋਂ ਪਾ ਰਿਹਾ ਰੇਡ ਹੁਣ ਸ਼ੀਲੂ ਹਰਿਆਣੇ ਦਾ ਜਾਫੀ ਟਿਕਾਣੇ ਦਾ ਮਨੀਸ਼ ਅਰਸ਼ ਤੇ ਜੀਤਾ ਹੁਣ ਕਿਹੜੇ ਖਿਡਾਰੀ ਨਾਲ ਹੋਵੇਗਾ ਮੁਕਾਬਲਾ ਗੱਲ ਸਮੇਂ ਦੀ ਸਿਰੇ ਦਾ ਮੈਚ ਹੈ ਸ਼ੀਲੂ ਕਹਿੰਦੇ ਇਸ ਵੇਲੇ ਕੋਸ਼ਿਸ਼ ਕਰ ਰਿਹਾ ਹੁਣ ਵੇਖਦਾ ਵੀ ਚਿੱਤਪਾਲ ਕਰਦਾ ਕਮਾਲ ਚਿੱਤਪਾਲ ਮੁੰਡਾ ਕਰਦਾ ਕਮਾਲ ਲਓ ਅਗਲੀ ਕਬੱਡੀ ਪਾਉਣ ਦੇ ਵਾਸਤੇ ਜਸਵਿੰਦਰ ਸਿੰਘ ਸਰਪੰਚ ਕੋਲੀਆਂਵਾਲ ਵਾਲੇ ਦਾ ਪੁੱਤਰ ਆਹ ਹੈ ਗੁਰਮਿੰਦਰ ਪਿਆਰ ਦੇ ਨਾਲ ਬੰਟੀ ਕਹਿੰਦੇ ਕੋਲੀਆਂਵਾਲ ਟਿੱਬੇ ਦੇ ਲਾਗੇ ਤਲਵੰਡੀ ਚੌਧਰੀਆਂ ਦੇ ਲਾਗੇ ਕਰਕੇ ਲਓ ਮਸ਼ਹੂਰ ਕਬੱਡੀ ਖਿਡਾਰੀਆਂ ਦਾ ਏਰੀਆ ਆਹ ਪਈ ਹੋਈ ਰੇਡ ਅਤੇ ਦੇਖਦੇ ਵੀ ਬਹੁਤ ਸ਼ਾਨਦਾਰ ਪ੍ਰਦਰਸ਼ਨ ਕਰਦਾ ਬੰਟੀ ਟਿੱਬੇ ਵਾਲਾ ਯੂਨਾਈਟਡ ਬ੍ਰੈਂਪਟਨ ਦੇ ਵਾਸਤੇ ਅਗਲੀ ਰੇਡ ਫਿਰ ਦੇਖਦੇ ਵੀ ਰਵੀ ਦੀ ਮੈਦਾਨ ਦੇ ਅੰਦਰ ਪੈਂਦੀ ਹੋਈ ਰਵੀ ਕੈਲਰਮ ਵਾਲਾ ਰਵੀ ਦਿਓਰਾ ਰਵੀ ਕੈਲਰਮ ਰਵੀ ਸਾਹੋ ਕੇ ਅੱਜ ਦੇ ਟਾਈਮ ਦੇ ਵਿੱਚ ਛਾਏ ਹੋਏ ਨੇ ਖੇਡ ਕਬੱਡੀ ਦੇ ਵਿੱਚ ਰਵੀ ਨਾਮ ਦੇ ਖਿਡਾਰੀ ਹੁਣ ਸੁਰਖਪੁਰੀਆ ਯਾਦਾ ਹੈ ਅੱਜ ਦੁੱਲੇ ਹੋਣੀ ਮਹਿੰਦਰ ਹੋਣੀ ਥਾਣੇਦਾਰ ਹੋਣੀ ਪੁੱਜੇ ਹੋਏ ਹੈ ਔਰ ਯਾਦੇ ਦਾ ਨਾਮ ਵੱਡਾ ਤੇ ਰਵੀ ਕੈਲਰਮ ਵਾਲਾ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਕਿਹੜਾ ਖਿਡਾਰੀ ਵਧੇਗਾ ਗੱਲ ਸਮੇਂ ਦੀ ਧਾਵੀ ਨੇ ਧਾਵਾ ਬੋਲਣਾ ਹੈ ਜਾਫੀਆਂ ਨੇ ਠੱਲ ਪਾਉਣੀ ਮੇਰੇ ਵੀਰੋ ਹੁਣ ਬੋਲੇ ਹੋਏ ਧਾਵੇ ਨੂੰ ਕੌਣ ਠੱਲ ਪਾਉਂਦਾ ਹੈ ਆਓ ਜੱਸਾ ਸਿੱਧਮਾਲ ਹੈ ਕੌਂਕੜ ਦੇ ਤੌਰ ਤੇ ਉਸਤਾਦ ਜੀ ਨੇ ਖਿਤਾਬ ਦਿੱਤਾ ਖੇਡ ਕਬੱਡੀ ਦੇ ਵਿੱਚ ਵੱਖਰੇ ਰਿਕਾਰਡ ਸਿੱਧਮਾ ਦੇ ਜੱਸੇ ਦੇ ਆਹ ਜੱਸਾ ਕਹਿੰਦੇ ਪਰਸਰਾਮਪੁਰੀਆ ਪਾ ਰਿਹਾ ਕਬੱਡੀ ਖੁਸ਼ੀ ਦੁੱਗਾ ਵਾਲੇ ਨੂੰ ਟੱਚ ਕਰਕੇ ਨੰਬਰ ਦਾ ਵਾਧਾ ਕਰਦਾ ਹੋਇਆ ਨਾਥ ਦੀ ਰੇਡ ਪੈ ਰਹੀ ਹੈ ਨਾਥ ਦੀ ਰੇਡ ਮੈਦਾਨ ਦੇ ਅੰਦਰ ਪੈਂਦੀ ਹੋਈ ਜਸਵਿੰਦਰ ਸ਼ੋਕਰ ਨਵਜੋਤ ਥਿੰਦ ਰਾਜਵਿੰਦਰ ਕੂਨਰ ਤੇ ਜਗਵਿੰਦਰ ਸਿੰਘ ਜੀ ਥਿੰਦ ਸਾਰੇ ਸਤਿਕਾਰਯੋਗ ਵੀਰ ਆਪਣੀ ਟੀਮ ਦੇ ਖਿਡਾਰੀਆਂ ਦਾ ਮਾਨ ਸਨਮਾਨ ਵੱਡੇ ਪੱਧਰ ਤੇ ਲਾਓ ਇਧਰਲੇ ਪਾਸੇ ਤਲਵੰਡੀ ਚੌਧਰੀਆਂ ਵਾਲਾ ਇਹ ਨੌਜਵਾਨ ਜੀਤਾ ਹੈ ਆਹ ਕੀ ਇਸ਼ਾਰੇ ਨੇ ਹਰਜਿੰਦਰ ਸਿੰਘ ਪੱਪੂ ਸੰਘੇੜਾ ਜੀ ਆਪਣੀ ਟੀਮ ਦੇ ਖਿਡਾਰੀਆਂ ਨੂੰ ਸ਼ਾਬਾਸ਼ੀ ਦਿੱਤੀ ਜਾ ਰਹੀ ਹੈ
ਹੁਸ਼ਿਆਰੀ, ਦਲੇਰੀ, ਆਤਮ ਵਿਸ਼ਵਾਸ, ਠੰਮਾ ਤੇ ਜੀਦਾਰੀ, ਕਬੱਡੀ ਖੇਡ ਦੇ ਚਾਰ ਸਲੀਕੇ, ਫੁਰਤੀ ਦਾ ਦਲੇਰੀ ਜ਼ੋਰ, ਜਿਹਨੂੰ ਚਾਰੇ ਆ ਗਏ ਯਾਰੋ ਉਹ ਬਣ ਜਾ ਕਲਹਿਰੀ ਬੋਰ। ਆਏ ਭੂਰੀ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ। ਟਾਂਡੇ ਵਾਲਾ ਕੀਪਾ ਵੀ ਪ੍ਰਸਿੱਧ ਖਿਡਾਰੀ ਅਮਰੀਕਾ ਤੋਂ ਆਇਆ ਹੋਇਆ ਹੈ। ਰਾਜੀ ਜਾਮਾਰਾਏ ਵਾਲੇ ਉਹ ਵੀ ਅਮਰੀਕਾ ਤੋਂ ਪੁੱਜੇ ਹੋਏ ਹੈ, ਉਹਨਾਂ ਦਾ ਵੀ ਧੰਨਵਾਦ ਹੈ। ਸਾਹਮਣੇ ਵੇਖਦਾ ਵੀ ਰਵੀ ਕੈਲਰਮ ਵਾਲਾ ਕਬੱਡੀ ਭਾਰ ਹੈ। ਵਰਸਾਲਪੁਰੀਆ ਅਰਸ਼ ਨੌਜਨ ਤਿਆਰ ਹੈ, ਜੀਤਾ ਤਲਵੰਡੀ ਚੌਧਰੀ ਵਾਲਾ ਹੈ, ਆਹ ਜ਼ਿਆਦਾ ਸੁਰਖਪੁਰੀ ਹੈ, ਔਜਲਾ ਪਰਿਵਾਰ ਦਾ ਨੌਜਨ। ਪਰ ਰਵੀ ਕਮਾਲ ਦੀ ਖੇਡ ਦਿਖਾ ਰਿਹਾ ਹੈ, ਅਗਲੀ ਰੇਡ ਕਾਲਾ ਪਾ ਰਿਹਾ ਹੈ, ਕਾਲਾ ਧੂਰਕੋਟੀ ਅਗਲੀ ਕਬੱਡੀ ਪਾ ਰਿਹਾ ਮੈਦਾਨ ਦੇ ਅੰਦਰ। ਸਾਰੀ ਸੰਗਤ ਦਾ ਵਿਨਸਰ ਕਬੱਡੀ ਕਲੱਬ ਵੱਲੋਂ ਬਹੁਤ ਬਹੁਤ ਧੰਨਵਾਦ, ਔਰ ਜਿਹੜੇ ਸਪੋਂਸਰਸ ਨੇ ਜਿਨ੍ਹਾਂ ਨੇ ਬਹੁਤ ਵੱਡਾ ਮਾਣ ਦਿੱਤਾ ਉਹਨਾਂ ਦਾ ਵੀ ਧੰਨਵਾਦ। ਲਓ ਕਾਲੇ ਦੀ ਰੇਡ, ਔਰ ਦੂਸਰੇ ਪਾਸੇ ਫਿਰ ਗੋਲਡਨ ਬੋਆਏ ਖੇਡ ਕਬੱਡੀ ਦਾ। ਆਹ ਚਿੱਟੀ ਵਾਲਾ ਕੋਸ਼ਿਸ਼ ਕਰਦਾ ਹੋਇਆ ਜੱਗਾ, ਉੱਥੋਂ ਦੇ ਸ਼ਾਮੇ ਨੇ ਵੀ ਤਕੜੀ ਕਬੱਡੀ ਖੇਡੀ ਹੈ। ਲਓ ਅਗਲੀ ਰੇਡ ਪਾਉਣ ਦੇ ਵਾਸਤੇ ਉਸੇ ਪਿੰਡ ਦਾ ਚਿੱਟੀ ਵਾਲਾ ਚਿੱਤ ਪਾਲ, ਇਸ ਵੇਲੇ ਕਹਿੰਦੇ ਕਬੱਡੀ ਪਾਉਣ ਦੇ ਲਈ ਨੌਜਵਾਨ ਵਾਧਾ ਹੋਇਆ ਕਿ ਜਿਸਮ ਮਚਾਉਣਾ ਪੈਂਦਾ ਵਿੱਚ ਅੱਗਦੇ, ਫਿਰ ਕਿਤੇ ਜਾ ਕੇ ਚਰਚੇ ਹੁੰਦੇ ਨੇ ਵਿੱਚ ਜਗਦੇ, ਗੱਲਾਂ ਸੱਚੀਆਂ ਆਖਦਾ ਹੈ ਲੋਪੋ ਪਿੰਡ ਵਾਲਾ। ਨਾ ਜੱਗ ਤੇ ਬਣਾਉਣਾ ਨਹੀਂ ਸਿਖਾਲਾ, ਦੁਨੀਆਂ ਦੇ ਵਿੱਚ ਨਾਂ ਬਣਾਉਣਾ ਵੱਡੀ ਗੱਲ ਹੈ। ਚਿੱਤਪਾਲ ਦਾ ਨਾਮ ਹੈ, ਆ ਹੈ ਮਨੀਸ਼ ਕਿ ਛੱਡਦੇ ਛੋਟਿਆਂ ਵੀਰਾਂ ਕਰਨੀ ਰੀਸ ਸ਼ਰਾਬੀਆਂ ਦੀ। ਆ ਦੇਖ ਪਟਾਕੇ ਪੈਂਦੇ ਕੌਡੀ ਖੇਡ ਪੰਜਾਬੀਆਂ ਦੀ, ਦੇਖ ਪਟਾਕੇ ਪੈਂਦੇ ਕੌਡੀ ਖੇਡ ਪੰਜਾਬੀਆਂ ਦੀ, ਪਟਾਕੇ ਪੈਂਦੇ। ਆਓ ਅਗਲੀ ਰੇਡ ਪਾਉਣ ਦੇ ਲਈ ਫਿਰ ਬੰਟੀ ਟਿੱਬੇ ਵਾਲਾ ਮੈਦਾਨ ਦੇ ਅੰਦਰ। ਵਧਿਆ ਹੋਇਆ ਕਬੱਡੀ ਖਿਡਾਰੀ ਕਪੂਰਥਲੀ ਦਾ ਬੋਲਿਆ ਗਿਆ ਧਾਵਾ, ਦੇਖਦੇ ਵਿੱਚ ਚਾਰ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ। ਬੜਾ ਤਕੜਾ ਮੈਚ, ਬਹੁਤ ਤੇਜ਼ ਮੈਚ ਸ਼ੁਰੂ ਹੋਇਆ। ਜਿਹੜੀ ਟੀਮ ਜਿੱਤੂਗੀ ਅੱਜ ਦੇ ਕਬੱਡੀ ਕੱਪ ਦਾ ਫਾਈਨਲ ਖੇਡੂਗੀ। ਓਕੇ ਸੀ ਕਲੱਬ ਦੀ ਕਹਿੰਦੇ ਟੀਮ ਜਿਹੜੀ ਹੈ ਅੰਟਾਰੀਓ ਕਲੱਬ ਦੀ ਟੀਮ ਫਾਈਨਲ ਦੇ ਵਿੱਚ ਪੁੱਜੀ ਹੋਈ। ਇਸ ਮੈਚ ਦੀ ਵਿਨਰ ਟੀਮ ਕੌਣ ਅੱਜ ਦਾ ਫਾਈਨਲ ਜਿੱਤਦਾ ਹੈ, ਚਰਚਾ ਹੁੰਦੀ ਵਰਲਡ ਦੇ ਵਿੱਚ ਵੀ ਵਿੰਡਸਰ ਦੇ ਕੱਪ ਤੋਂ ਕਿਹੜੇ ਖਿਡਾਰੀ ਬੈਸਟ ਬਣੇ। ਆ ਨੌਜਵਾਨ ਰਵੀ ਦੀ ਪਈ ਹੋਈ ਰੇਡ, ਅਰਸ਼ ਔਰ ਬਲਵੀਰ ਸਿੰਘ ਜੀ ਨਿੱਜਰ ਇਸ਼ਾਰਾ ਕਰ ਰਹੇ ਹੈ ਵੀ ਨੰਬਰ ਜਿਹੜਾ ਇਸ ਵੇਲੇ ਧਾਵੀ ਦੇ ਹਿੱਸੇ ਜਾ ਜੁੜਿਆ ਹੈ, ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਹਿੱਸੇ ਜਾ ਜੁੜਿਆ ਹੈ। ਅਗਲੀ ਰੇਡ ਪਾਉਣ ਦੇ ਲਈ ਜੱਸਾ ਪਰਸਰਾਮਪੁਰੀ ਹੈ, ਖੇਡ ਮੈਦਾਨ ਦੇ ਵਿੱਚ ਨੌਜਵਾਨ ਵਾਧਾ ਹੋਇਆ ਹੈ ਕਿ ਕਿਤਾਬ ਤਾਂ ਹਰ ਨੂੰ ਮਿਲ ਜਾਂਦੀ ਪਰ ਪੜ੍ਹਨਾ ਔਖਾ ਏ, ਮੰਜ਼ਿਲ ਵੀ ਰੱਬ ਦੇ ਦਿੰਦਾ ਪਰ ਖੜ੍ਹਨਾ ਔਖਾ ਏ, ਜੋ ਧਰਤੀ ਨੂੰ ਭੁੱਲਦਾ ਏ ਉਹ ਟਿਕਦਾ ਨਹੀਂ ਅਸਮਾਨ ਦੇ ਵਿੱਚ ਰਵਾਲਾ, ਨਾ ਜੱਗ ਤੇ ਬਣਾਉਣਾ ਨਹੀਂ ਸਿਖਾਲਾ ਹੈ। ਆ ਨੌਜਵਾਨ ਖੁਸ਼ੀ ਦੁੱਗਾਂ ਵਾਲਾ ਹੈ, ਹਰ ਨੰਬਰ ਧਾਵੀ ਦਾ ਹੈ। ਜੋਗਾ ਕੰਗ ਜੀ ਸਾਡੀ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਨੇ ਔਰ ਪ੍ਰਧਾਨ ਵੀ ਰਹੇ ਨੇ, ਉਹ ਵੀ ਸਾਡੇ ਦਰਮਿਆਨ ਜੋਗਾ ਕੰਗ ਜੀ ਅਚੇਚੇ ਤੌਰ ਤੇ ਪੁੱਜੇ ਹੋਏ ਹੈ, ਧੰਨਵਾਦ ਹੈ ਜੋਗਾ ਕੰਗ ਜੀ ਉਹਨਾਂ ਦਾ। ਆਓ ਤੀ ਕੰਗ ਪਿੰਡ ਤੀਰਥ ਟਵਾਲ ਉਹਨਾਂ ਦਾ ਪਿੰਡ ਹੈ ਔਰ ਕੰਗ ਪਿੰਡ ਜੋਗੇ ਕੰਗ ਦਾ ਹੈ, ਦੁਨੀਆਂ ਦੇ ਵਿੱਚ ਨਾਮ। ਸਾਹਮਣੇ ਵੇਖਦਾ ਵੀ ਇਸ ਵੇਲੇ ਅੰਮ੍ਰਿਤ ਨਾਥ ਇਸ ਵੇਲੇ ਸੀਹਾਂ ਦੌੜ ਦੀ ਧਰਤੀ ਦਾ ਤਕੜਾ ਨੰਬਰ ਜੋੜਦਾ ਹੋਇਆ। ਆਓ ਨੌਜਵਾਨ ਭੂਰੀ ਦੀ ਰੇਡ ਤੇ ਉਸਤਾਦ ਜੀ ਗੱਲ ਕਰ ਰਹੇ ਆ। ਭੂਰੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਫਿਰ ਸ਼ਾਨਾ ਵਾਲਾ ਮੈਦਾਨ ਦੇ ਅੰਦਰ ਵਧਿਆ ਹੋਇਆ ਖਿਡਾਰੀ, ਵਾਹ ਬਹੁਤ ਸ਼ਾਨਦਾਰ ਪ੍ਰਦਰਸ਼ਨ। ਪੱਟ ਵੇਖ ਕੇ ਪੁੱਤ ਮਾਂ ਨੂੰ ਕਹਿੰਦਾ, ਬੇਬੇ ਲੁਕੀ ਮੈਨੂੰ ਭਲਵਾਨ ਕਹਿੰਦੇ, ਪੁੱਤਰਾ ਪਤਾ ਵਿੱਚ ਅਖਾੜਿਆਂ ਦੇ ਲੱਗਦਾ ਹੀ ਜਦੋਂ ਜੱਫੇ ਬਗਾਨਿਆਂ ਨਾਲ ਪੈਂਦੇ, ਜਦੋਂ ਜੱਫੇ ਬਗਾਨਿਆਂ ਨਾਲ ਪੈਂਦੇ। ਰਿੰਪੀ ਵਰਾੜ ਜੀ ਗੱਲ ਕਰਦੇ ਕਿ ਸਬਰ ਸਿਦਕ ਤੋਂ ਡੋਲੀ ਨਾ ਤੂੰ ਸ਼ੇਰ ਪੰਜਾਬ ਦੇ ਆ, ਘਰ ਘਰ ਮਹਿਕ ਪਹੁੰਚੇ ਤੇਰੀ ਫੁੱਲ ਗੁਲਾਬ ਦੇ ਆ, ਮਿੱਟੀ ਚੁੱਕ ਮੱਥੇ ਨੂੰ ਲਾਉਣਗੇ ਤੇਰੇ ਆ ਰਾਵਾਂ ਦੀ, ਪੁੱਤ ਬਹਾਦਰ ਕੁੱਖ ਸਫਲ ਕਰ ਜਾਂਦੇ ਮਾਵਾਂ ਦੀ। ਹਾਫ ਸਮਾਂ ਹੈ, ਜਸਵੰਤ ਸਿੰਘ ਜੀ ਖੜਗ ਸਾਹਿਬ ਵਿਸ਼ੇਸ਼ ਤੌਰ 'ਤੇ ਧੰਨਵਾਦ। ਹਾਂਜੀ, ਹਨੀ ਕੰਗੂੜਾ ਜੀ ਦਾ ਮਾਨ ਸਨਮਾਨ ਗੋਲਡ ਮੈਡਲ ਦੇ ਨਾਲ, ਜੱਸੀ ਗਿੱਲ ਜੀ
ਅਤੇ ਸੰਦੀਪ ਸੋਤਾ ਅਤੇ ਬਲਜੀਤ ਸਿੰਘ ਮੰਗੀ ਟਿਵਾਣਾ ਜੀ ਰਹੀਮਪੁਰ ਵਾਲੇ ਇਹਨਾਂ ਵੱਲੋਂ ਇਹ ਮਾਨ ਸਨਮਾਨ ਕੀਤਾ ਜਾਊਗਾ। ਹਨੀ ਖੰਗੂੜਾ ਜੀ ਦਾ ਗੋਲਡ ਮੈਡਲ ਦੇ ਨਾਲ ਸੁਖਚੈਨ ਨਾਗਰੇ ਦਾ ਮਾਨ ਸਨਮਾਨ ਕੀਤਾ ਜਾਊਗਾ। ਸੋਨੂੰ ਜੀ ਅਤੇ ਗੁਰਪ੍ਰੀਤ ਸਿੰਘ ਜੀ ਅਤੇ ਹਰਦੀਪ ਸਿੰਘ ਜੀ ਅਤੇ ਸਮੁੱਚੀ ਟੀਮ ਵੱਲੋਂ ਮਾਨ ਸਨਮਾਨ ਦਿੱਤਾ ਜਾਊਗਾ। ਮਹਿਮਦ ਵਾਲੀ ਸੰਦੀਪ ਦਾ ਮੀਆਂ ਸੂਦ ਅਤੇ ਨਬੀਲ ਖਾਨ ਜੀ ਉਹਨਾਂ ਵੱਲੋਂ ਮਾਨ ਸਨਮਾਨ ਕੀਤਾ ਜਾਊਗਾ ਗੋਲਡ ਮੈਡਲ ਦੇ ਨਾਲ। ਅਤੇ ਟਾਂਡੇ ਵਾਲੇ ਕੀਪੇ ਦਾ ਸਤਿੰਦਰ ਸੋਨੀ ਜੀ ਉਹਨਾਂ ਵੱਲੋਂ ਗੋਲਡ ਮੈਡਲ ਦੇ ਨਾਲ ਮਾਨ ਸਨਮਾਨ ਕੀਤਾ ਜਾਊਗਾ। ਸਵਰਨੇ ਵੈਲੀ ਝੂਠ ਚੱਕੀਏ ਦਾ ਮਾਨ ਸਨਮਾਨ ਬਲਜੀਤ ਸਿੰਘ ਜੀ ਵਿਰਕ ਉਹਨਾਂ ਵੱਲੋਂ ਕੀਤਾ ਜਾਊਗਾ। ਇਹਨਾਂ ਸਾਰੇ ਸਤਿਕਾਰਯੋਗ ਸ਼ਖਸੀਅਤਾਂ ਦਾ ਧੰਨਵਾਦ। ਪ੍ਰੋਫੈਸਰ ਮੱਖਣ ਸਿੰਘ ਜੀ ਦਾ ਮਾਨ ਸਨਮਾਨ ਬਿੰਦਾ ਭਰੋਲੀ ਜੀ ਜੱਗੀ ਬਲ ਜੀ ਸੀਤਾ ਬਲ ਜੀ ਉਹਨਾਂ ਵੱਲੋਂ ਹੋਵੇਗਾ। ਹਾਂਜੀ, ਮੈਂ ਡਬਲਯੂ ਕੇ ਸੀ ਟੀਮ ਵੱਲੋਂ ਅੱਜ ਦੇ ਜੋ ਪਲੈਂਟੀਨਮ ਐਂਡ ਅਬਵ ਸਪੋਂਸਰ ਨੇ, ਅਸੀਂ ਡਬਲਯੂ ਕੇ ਸੀ ਟੀਮ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਅੱਜ ਦੇ ਸਾਡੇ ਮੇਨ ਸਪੋਂਸਰ ਗਲਾਈਡਰ ਸਿਸਟਮ ਇੰਕ, ਡਾਇਮੰਡ ਸਪੋਂਸਰ ਬੀ ਵੀ ਡੀ ਗਰੁੱਪ ਆਫ ਕੰਪਨੀ ਬੀ ਵੀ ਡੀ ਪੈਟਰੋਲੀਅਮ, ਏ ਮੈਕਸ ਫਰੇਟ ਤੋਂ ਹਰਪ੍ਰੀਤ ਮੁਲਤਾਨੀ ਜੀ, ਦਿਓਲ ਗਰੁੱਪ ਆਫ ਕੰਪਨੀਜ਼ ਵੈਂਜਰ, 401 ਟਰੱਕ ਸੋਰਸ, ਟਾਈਟਨ ਟਾਰਪ, ਹੋਮ ਲਾਈਫ ਗੋਲਡ ਸਟਾਰ ਰਿਐਲਟੀ ਇੰਕ ਮਨਜੀਤ ਜਪਰਾ ਜੀ, ਟਾਰਗੇਟ ਟਰੱਕ ਸੇਲਸ ਐਨ ਐਫ ਪੀ ਇੰਸ਼ੋਰੈਂਸ ਗਰੁੱਪ, ਸੁਖੀ ਭਾਜੀ ਗਰੁੱਪ ਆਫ ਕੰਪਨੀਜ਼ ਮਦਾਣੀ, ਨਿਊ ਪ੍ਰੋਡਕਟ ਲੈ ਕੇ ਆ ਰਹੇ ਨੇ ਮਾਰਕੀਟ ਦੇ ਵਿੱਚ, ਸੋ ਬਹੁਤ ਹੀ ਜਲਦੀ ਉਹਨਾਂ ਦਾ ਇੱਕ ਬਹੁਤ ਵੱਡਾ 100,000 ਸਕੇਅਰ ਫੀਟ ਤੋਂ ਵੱਡਾ ਪਲਾਂਟ ਦੀ ਓਪਨਿੰਗ ਹੋਣ ਜਾ ਰਹੀ ਹੈ 26 ਜੁਲਾਈ ਨੂੰ। ਸੋ ਮਦਾਣੀ ਪ੍ਰੋਡਕਟ ਵਾਲਿਆਂ ਦਾ ਸੈਕਿੰਡ ਪਲਾਂਟ ਓਪਨ ਹੋਣ ਜਾ ਰਿਹਾ ਟਿਲਸਨਬਰਗ ਦੇ ਵਿੱਚ, ਸੋ ਇਹ ਸਾਡੇ ਬਹੁਤ ਹੀ ਜ਼ਿਆਦਾ ਹਰਮਨ ਪਿਆਰੇ ਭਾਜੀ ਹਨ ਇਸ ਕਲੱਬ ਦੇ। ਸੋ ਮੈਂ ਇਹਨਾਂ ਦਾ ਸ਼ੁਕਰੀਆ ਕਰਦਾ ਵਾਂ ਜਿਨ੍ਹਾਂ ਦਾ ਇਸ ਕੱਪ ਦੇ ਵਿੱਚ ਬਹੁਤ ਵੱਡਾ ਰੋਲ ਹੈ। ਸਾਨੂੰ ਕਿਸੇ ਤਰ੍ਹਾਂ ਦੀ ਕੋਈ ਨੈਗੋਸ਼ੀਏਸ਼ਨ ਕਰਨੀ ਪਈ ਅਤੇ ਸੁਖੀ ਭਾਜੀ ਨੇ ਕੰਮ ਡਨ ਕਰ ਦਿੱਤਾ। ਸੋ ਨਿਊ ਮਿਲੇਨੀਅਮ ਤੋਂ ਮੇਰੇ ਵੱਡੇ ਵੀਰ ਇੰਦਰਜੀਤ ਧੁੱਗਾ ਜੀ, ਹਾਈ ਸੋਰਸ ਤੋਂ ਜੇ ਪੀ ਸੰਧੂ, ਮਾਵੀ ਟਰੱਕ ਸੈਂਟਰ ਐਂਡ ਪਾਲਸ ਆਟੋ, ਜੇ ਜੀ ਟਰਾਂਸਪੋਰਟ, ਅਤੇ ਅਗੇਨ ਦੁਬਾਰਾ ਫਿਰ ਸਪੋਂਸਰ ਦੇ ਵਿੱਚ ਸੈਕਿੰਡ ਨਾਮ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਮਧਾਣੀ BSD ਲਾਈਨ ਹਾਲ ਵੱਲੋਂ। ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ। ਸੈਮ ਨੇਜਰ ਜੀ ਕਹਿੰਦੇ ਕਿੰਗ ਸਪੋਰਟਸ ਕਲੱਬ ਸੈਕਰਾਮੈਂਟੋ ਦੇ ਗੁਰਮੁਖ ਸਿੰਘ ਜੀ ਸੰਧੂ, ਬੂਟਾ ਢਿੱਲੋਂ ਜੀ, ਬੂਟਾ ਲੋਧੀ ਜੀ, ਸੀਤਲ ਨੇਜਰ ਜੀ, ਕਿੰਦੂ ਬਾਰ ਰਮੀਦੀ, ਗੁਰਨੇਕ ਢਿੱਲੋਂ, ਸੋਢੀ ਜੀ ਸਜਾਵਲਪੁਰ ਅਤੇ ਬਲਜੀਤ ਬਾਸੀ ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ। ਸਾਹਮਣੇ ਨੌਜਵਾਨ ਗੱਭਰੂ ਦੀ ਪਈ ਹੋਈ ਰੇਡ, ਹਾਫ ਸਮੇਂ ਤੋਂ ਬਾਅਦ ਸਾਡਾ ਚੇਂਜ ਨੇ ਜੀਤਾ ਤਲਵੰਡੀ ਚੌਧਰੀਆਂ ਵਾਲਾ, ਪਰ ਸਾਹਮਣੇ ਵੇਖਦਾ ਵੀ ਚਿੱਤਪਾਲ ਕਮਾਲ ਦੀ ਖੇਡ ਦਿਖਾ ਰਿਹਾ ਚਿੱਟੀ ਵਾਲਾ ਅਗਲੀ ਰੇਡ ਪਾਉਣ ਦੇ ਲਈ। ਪਰਸਰਾਮਪੁਰੀ ਆ ਜੱਸਾ ਵਾਧਾ ਹੋਇਆ, ਪਰਸਰਾਮਪੁਰੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਜੱਸਾ, ਕੌਣ ਕੌਣ ਜੱਸ ਖੜਦਾ ਅੱਜ ਦੇ ਇਸ ਮੈਦਾਨ ਦੇ ਅੰਦਰ, ਸਮੇਂ ਨੇ ਫੈਸਲਾ ਕਰਨਾ। ਲਓ ਜੱਸਾ ਪਰਸਰਾਮਪੁਰੀ ਆ, ਪਿਛਲੇ ਟੂਰਨਾਮੈਂਟ ਦੇ ਵਿੱਚ ਬਹੁਤ ਸ਼ਾਨਦਾਰ ਕਬੱਡੀਆਂ ਪਾਈਆਂ, ਸਾਰੇ ਕਬੱਡੀ ਦੇ ਪ੍ਰੇਮੀ ਗੱਲਾਂ ਕਰ ਰਹੇ ਸਨ ਵੀ ਆਹ ਮੁੰਡਾ ਬਹੁਤ ਟੈਕਨੀਕਲ ਕਬੱਡੀ ਖਿਡਾਰੀ ਹੈ।
ਬਹੁਤ ਤਕਨੀਕ ਦੇ ਨਾਲ ਕਬੱਡੀ ਖੇਡਦਾ, ਕਾਰੀ ਸਰੀ ਦੇ ਕਾਕੇ ਦੇ ਵਾਂਗ, ਉਟਾਲਾਂ ਦੇ ਲਾਡੀ ਦੇ ਵਾਂਗ, ਮੋਹਸਿਨ ਬਿਲਾਲ ਢਿੱਲੋਂ ਦੇ ਵਾਂਗ ਬਹੁਤ ਵਧੀਆ ਪ੍ਰਦਰਸ਼ਨ। ਲਓ ਇਧਰਲੇ ਪਾਸੇ ਅਗਲੀ ਰੇਡ, ਛੋਟਾ ਨਾਥ ਮੈਦਾਨ ਦੇ ਅੰਦਰ, ਲਓ ਸ਼ੀਲੂ ਨਾ ਪੈ ਗਿਆ ਪੰਗਾ ਛੋਟਾ ਨਾਥ ਸ਼ੀਲੂ, ਆਹ ਟੱਕਰ ਸਿਰੇ ਦੀ ਹੈ ਇਸ ਵੇਲੇ, ਬੱਲੇ 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 ਬੱਲੇ, ਆਹ ਸਿਰਾ ਲੱਗਣ ਲੱਗਿਆ ਤੇ ਨੰਬਰ ਛੋਟੇ ਨਾਥ ਦਾ ਰੇਸ਼ਮ ਦਿੰਦਾ ਥਾਪੀਆਂ ਵੀ ਕਮਾਲ ਦੀ ਖੇਡ ਦਿਖਾ ਰਿਹਾ ਮੁੰਡਾ ਹੈ। ਆ ਹੈ ਛੰਨਾ ਵਾਲਾ ਭੂਰੀ, ਜਿੱਤਣਾ ਬੜਾ ਇਹ ਜ਼ਰੂਰੀ ਗੋਖਾ ਕਹਿੰਦਾ ਵੀ ਹੁਣ ਦੋ ਦੋ ਰੇਡਾਂ ਪਾ ਦੇ। ਆਓ ਸਾਹਮਣੇ ਭੂਰੀ ਤੇ ਸ਼ਾਕੇ ਦੇ ਦਰਮਿਆਨ ਮੁਕਾਬਲਾ ਟੱਕਰ ਸਿਰੇ ਦੀ, ਤੇ ਨੰਬਰ ਇਸ ਵੇਲੇ ਧਾਵੀ ਦੇ ਹਿੱਸੇ ਜਾ ਜੁੜਿਆ ਹੈ। ਜੱਗੀ ਬੱਲ ਉਹਨਾਂ ਦਾ ਮੇਲਾ ਹੈ, ਦੁਨੀਆਂ ਦੇ ਵਿੱਚ ਧੁੰਮਾਂ ਪਈਆਂ ਹੋਈਆਂ ਨੇ। ਆਓ ਸਾਹਮਣੇ ਇਸ ਵੇਲੇ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਰਵੀ ਕੈਲਰ ਵਾਲਾ ਪਾ ਰਿਹਾ ਹੈ, ਚਾਰ ਜਾਫੀ ਤਿਆਰ ਨੇ, ਸੈਮ ਨਿੱਜਰ ਜੀ ਉਹਨਾਂ ਦਾ, ਅਲਕਿੰਦਰ ਸਿੰਘ ਜੀ ਧਾਲੀਵਾਲ, ਸੁਖਵਿੰਦਰ ਸਿੰਘ ਜੀ ਚਾਂਦੀ, ਔਰ ਸਾਡੇ ਮਨਵਿੰਦਰ ਸਿੰਘ ਜੀ ਦਿਓਲ, ਬਲਜਿੰਦਰ ਭਰੋਲੀ ਜੀ ਉਹਨਾਂ ਦਾ, ਜੱਗੀ ਬੱਲ ਉਹਨਾਂ ਦਾ, ਸੀਤਾ ਬੱਲ, ਸਾਬੀ ਢਿੱਲੋਂ, ਜੇ ਪੀ ਸੰਧੂ, ਸੁਖਜਿੰਦਰ ਸਿੰਘ ਜੀ ਚੀਮਾ, ਅਮਰਜੀਤ ਸਿੰਘ ਜੀ ਗਰੇਵਾਲ, ਜੀਵਨ ਢਿੱਲੋਂ, ਬੋਵੀ ਚੌਹਾਨ, ਗਗਨ ਮੋਤੀ ਤੇ ਨਵਦੀਪ ਭੋਗਲ ਉਹਨਾਂ ਦਾ ਧੰਨਵਾਦ। ਕਾਲੇ ਦੀ ਰੇਡ ਪੈ ਗਈ ਹੈ, ਭਦੌੜ ਵਾਲੇ ਪੱਪੂ ਸਾਡੇ ਰੈਫਰੀ ਦਾ ਮਾਨ ਸਨਮਾਨ ਕੀਤਾ ਜਾਊਗਾ। ਅਮਰਜੀਤ ਸਿੰਘ ਜੀ ਗਰੇਵਾਲ ਸਾਹਿਬ, ਬਹੁਤ ਬਹੁਤ ਧੰਨਵਾਦ ਹੈ ਅਮਰਜੀਤ ਸਿੰਘ ਜੀ ਗਰੇਵਾਲ, ਢੈਪੀ ਪਿੰਡ ਹੈ ਜਿਹਨਾਂ ਦਾ, ਮਾਨ ਸਨਮਾਨ ਕੀਤਾ ਜਾਊਗਾ ਭਦੌੜ ਵਾਲੇ ਪੱਪੂ ਦਾ। ਔਰ ਉੱਥੇ ਸੁਰਖਪੁਰੀ ਅਮਿੰਦਰ ਦਾ ਮਾਨ ਸਨਮਾਨ, ਬਲਵਿੰਦਰ ਸਿੰਘ ਥਾਣੇਦਾਰ ਸੰਗੋਜਲੇ ਵਾਲਾ, ਸਾ ਕਰਮ ਸਿੰਘ ਦਾ ਬੇਟਾ, ਉਹਦੇ ਵੱਲੋਂ ਮਾਨ ਸਨਮਾਨ ਦਿੱਤਾ ਜਾਊਗਾ। ਲਓ ਇਧਰਲੇ ਪਾਸੇ ਖੇਡ ਕਬੱਡੀ, ਆਪਾਂ ਵਰਤਮਾਨ ਸਮੇਂ ਨਾਲ ਜੁੜੀਏ। ਗੋਲਡ ਮੈਡਲਾਂ ਦੇ ਨਾਲ ਵੱਡੇ ਮਾਨ ਸਨਮਾਨ ਹੋਣੇ ਨੇ, ਉਹ ਵੀ ਬਹੁਤ ਜ਼ਰੂਰੀ ਹੈ, ਉਹਨਾਂ ਸ਼ਖਸੀਅਤਾਂ ਦਾ ਜ਼ਿਕਰ ਕਰਨਾ। ਲਓ ਇਧਰਲੇ ਪਾਸੇ ਚਿੱਤਪਾਲ ਤੇ ਸਰਪੰਚ ਖੇਡ ਕਬੱਡੀ, ਲਓ ਯਾਦਾਂ ਸਰਪੰਚ ਤੇ ਚਿੱਤਪਾਲ ਦੇ ਦਰਮਿਆਨ ਮੁਕਾਬਲਾ, ਤੇ ਨੰਬਰ ਇਸ ਵੇਲੇ ਚਿੱਤਪਾਲ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਦੇ ਲਈ ਜੋੜ ਦਿੱਤਾ ਹੈ। ਕੱਲ੍ਹ ਦਾ ਦਿਨ ਸੰਡੇ ਦਾ ਹੈ, ਮੈਟਰੋ ਪੰਜਾਬੀ ਸਪੋਰਟਸ ਕਲੱਬ ਦਾ ਮੇਲਾ ਹੈ, ਔਰ ਉਸ ਲਈ ਵੀ ਆਪ ਸਭ ਨੂੰ ਸੱਦੇ ਦਿੱਤੇ ਜਾ ਰਹੇ ਹੈ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਵੱਲੋਂ। ਤੇ ਅਗਲੇ ਸੈਚਰਡੇ ਜਿਹੜਾ ਮੇਰੇ ਵੀਰੋ ਯੂਨਾਈਟਡ ਬ੍ਰੈਂਪਟਨ ਦਾ ਮੇਲਾ ਹੈ, 3 ਅਗਸਤ ਜਿਹੜੀ ਹੈ ਉਹ ਕਨੇਡਾ ਕਬੱਡੀ ਕੱਪ ਯੰਗ ਕਲੱਬ ਦੇ ਵੱਲੋਂ ਕਰਵਾਇਆ ਜਾਣਾ ਹੈ। ਅੱਜ ਬਿਣਸਰ ਕਲੱਬ ਦਾ ਇਹ ਮੇਲਾ ਹੈ, ਐਨ ਧੁੰਮਾਂ ਪਈਆਂ ਹੋਈਆਂ ਨੇ ਜਹਾਨ ਵਿੱਚ, ਤੇ ਬੰਟੀ ਨੰਬਰ ਲੈ ਕੇ ਵਾਪਸ ਹੈ, ਚੜ ਚੜ ਰੇਡਾ ਪਾ ਰਿਹਾ, ਵਧੀਆ ਖੇਡ ਦਿਖਾ ਰਿਹਾ। ਸਖਦੌਲਤ ਵਾਲੇ ਕਾਕੇ ਨੇ ਤਿਆਰ ਕੀਤਾ ਨੌਜਵਾਨ ਗੱਭਰੂ, ਇਹ ਨਾਥ ਇਸ ਵੇਲੇ ਜਗਰਾਉਂ ਦੇ ਵਿੱਚ ਆਪਣੇ ਘਰ ਦੇ ਵਿੱਚ ਰੱਖ ਕੇ ਕਹਿੰਦੇ ਮਿਹਨਤ ਕਰਾਈ ਕਾਕੇ ਨੇ ਇਸ ਨੌਜਵਾਨ ਖਿਡਾਰੀ ਨੂੰ। ਬਾਪ ਨੇ ਵੀ ਤਕੜੀ ਕਬੱਡੀ ਖੇਡੀ, ਰਾਮੇ ਨੂੰ ਮਾਣ ਹੈ ਆਪਣੇ ਭਤੀਜੇ ਤੇ, ਰਾਮਗੜ੍ਹ ਸਰਦਾਰਾਂ ਵਾਲੇ ਨੂੰ, ਨਾਥ ਕਮਾਲ ਦੀ ਖੇਡ ਦਿਖਾ ਰਿਹਾ। ਸਾਹਮਣੇ ਕਬੱਡੀ ਕਹਿੰਦੇ ਨੌਜਵਾਨ ਜੱਸਾ ਪਾ ਰਿਹਾ। ਸਾਡੇ ਬਹੁਤ ਹੀ ਸਤਿਕਾਰਯੋਗ ਪਰਮਜੀਤ ਸਿੰਘ ਜੀ, ਐਮ ਬੀ ਟੈਕਸ ਐਂਡ ਅਕਾਊਂਟਿੰਗ ਸਰਵਿਸ ਦੇ ਸਤਿਕਾਰਯੋਗ ਪਰਮਜੀਤ ਸਿੰਘ ਜੀ, ਉਹਨਾਂ ਨੂੰ ਜੀਆ ਨੂੰ ਆਖਦੇ, ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਐਮ ਬੀ ਟੈਕਸ ਐਂਡ ਅਕਾਊਂਟਿੰਗ ਸਰਵਿਸ, ਬਹੁਤ ਬਹੁਤ ਧੰਨਵਾਦ ਪਰਮਜੀਤ ਸਿੰਘ ਜੀ ਉਹਨਾਂ ਦਾ, ਬਹੁਤ ਬਹੁਤ ਧੰਨਵਾਦ। ਲਓ ਇਧਰਲੇ ਪਾਸੇ ਖੇਡ ਕਬੱਡੀ, ਰੇਡ ਪਾਉਣ ਦੇ ਬਾਅਦ ਰਵੀ ਕੈਲਰ ਵਾਲਾ, ਰਵੀ ਕੈਲਰ ਵਾਲਾ ਇਸ ਵੇਲੇ ਬੋਲ ਰਿਹਾ, ਧਾਵਾ ਹੁਣ ਕੌਣ ਠੱਲਦਾ, ਕੌਣ ਬੱਲੇ ਬੱਲੇ ਕਰਵਾਉਂਦਾ ਹੈ। ਜਸਵਿੰਦਰ ਛੋਕਰ ਉਹਨਾਂ ਦੀ ਟੀਮ, ਰਾਜਵਿੰਦਰ ਕੋਨਰ ਉਹਨਾਂ ਦੀ ਟੀਮ ਖੇਡ ਰਹੀ ਹੈ। ਆਹ ਪੱਪੂ ਸੰਘੇੜਾ ਦੀ ਉਹਨਾਂ ਦਾ, ਮੋਰੋ ਪਿੰਡ ਦੇ ਗੋਖੇ ਟਵਾਲ ਦਾ, ਮੀਕੇ ਜੌਲ ਉਹਨਾਂ ਦਾ ਵੱਡਾ ਯੋਗਦਾਨ। ਸਾਹਮਣੇ ਲੱਗਦਾ ਹੋਇਆ ਜੱਫਾ ਖੇਡ ਮੈਦਾਨ ਦੇ ਵਿੱਚ, ਇੱਧਰ ਅਮਰਜੀਤ ਸਿੰਘ ਜੀ ਗਰੇਵਾਲ ਸਾਹਿਬ ਉਹਨਾਂ ਦਾ ਵੀ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ। ਔਰ ਸਾਹਮਣੇ ਵੇਖਦਾ ਵੀ ਕਮਾਲ ਕਰਦਾ ਹੋਇਆ ਨੌਜਵਾਨ ਜੀਤਾ ਤਲਵੰਡੀ ਚੌਧਰੀ ਵਾਲਾ, ਔਰ ਭੂਰੀ ਨੇ ਕਬੱਡੀ ਪਾ ਦਿੱਤੀ ਹੈ। ਇਸ ਵੇਲੇ ਛੰਨਾ ਵਾਲਾ ਜ਼ਿਲ੍ਹੇ ਬਰਨਾਲੇ ਦਾ, ਧਾਲੀਵਾਲ ਪਰਿਵਾਰ ਦਾ, ਟਰੈਕਟਰਾਂ ਦਾ ਜੇਤੂ। ਔਰ ਸਾਹਮਣੇ ਵੇਖਦਾ ਵੀ ਨੌਜਵਾਨ ਗੱਭਰੂ ਕੋਸ਼ਿਸ਼ ਕਰਦਾ, ਤੇ ਨੰਬਰ ਧਾਵੀ ਦੇ ਹਿੱਸੇ ਜਾ ਜੁੜਿਆ। ਚਿੱਤਪਾਲ ਦੀ ਰੇਡ ਉਸਤਾਦ ਜੀ ਕਰ ਦਿਓ ਗੱਲ।
ਆਹ ਨੰਬਰ ਦੇ ਵਾਸਤੇ $200 ਦਿੱਤਾ ਜਾਊਗਾ ਭਾਅ ਜੀ ਜੀਵਨ ਗਿੱਲ ਜੀ ਉਹਨਾਂ ਵੱਲੋਂ, ਜੇ ਬੀ ਸੰਧੂ ਜੀ, ਜੀਵਨ ਗਿੱਲ ਜੀ ਅਤੇ ਨਾਲ ਭੋਗਲ ਸਾਹਿਬ ਅਤੇ ਸੈਮ ਨਿੱਜਰ ਜੀ ਅਤੇ ਬਿੰਦਾ ਭਰੋਲੀ ਜੀ ਅਤੇ ਗਗਨ ਮੁੱਤੀ ਜੀ ਉਹਨਾਂ ਵੱਲੋਂ ਆਹ ਨੰਬਰ ਦੇ ਵਾਸਤੇ $200 ਦਿੱਤਾ ਜਾਊਗਾ। ਰੇਡਰ ਨੰਬਰ ਲੈ ਗਿਆ ਰੇਡਰ ਦਾ, ਨਹੀਂ ਤਾਂ ਜਾਫੀ ਦਾ ਲਾ ਅਰਸ਼ ਮਹਿਤੋ ਕੋਸ਼ਿਸ਼ ਕਰਦਾ ਡੱਕਣ ਦੀ, ਅਤੇ ਚਿੱਤਪਾਲ ਚਿੱਟੀ ਵਾਲਾ ਚਿੱਤਪਾਲ ਕਮਾਲ ਦੀ ਖੇਡ ਦਿਖਾ ਰਿਹਾ ਨੌਜਵਾਨ। ਪਿਛਲੇ ਸਾਲ ਵੀ ਬੱਲੇ ਬੱਲੇ, ਇਸ ਸਾਲ ਵੀ ਸਿਰੇ ਦੀਆਂ ਰੇਡਾਂ, ਚਿੱਟੀ ਵਾਲਾ ਐਨ ਛਾਇਆ ਹੋਇਆ ਹੈ ਕੈਨੇਡਾ ਦੇ ਮੈਦਾਨਾਂ ਵਿੱਚ। ਧੂਰ ਕੋਟੀਏ ਕਾਲੇ ਨੇ ਕਬੱਡੀ ਪਾ ਦਿੱਤੀ ਹੈ, ਹੁਣ ਪਾਈ ਹੋਈ ਕਬੱਡੀ ਕੌਣ ਠੱਲੇਗਾ, ਗੱਲ ਸਮੇਂ ਦੀ ਹੈ। ਇੱਕ ਕੰਨੀ ਸ਼ਾਕਾ ਦਿਆਲਪੁਰੀ ਹੈ, ਖੁਸ਼ੀ ਦੁੱਗਾ ਵਾਲਾ, ਜੱਗਾ ਚਿੱਟੀ ਵਾਲਾ ਅਤੇ ਜਤਿੰਦਰ ਝਾੜ ਸਾਹਿਬ ਵਾਲਾ। ਪਰ ਸਾਹਮਣੇ ਵੇਖਦਾ ਵੀ ਇਸ਼ਾਰਾ ਕੀ ਹੈ, ਸਾਬੀ ਜੰਡਾਲੀ ਬਲਵੀਰ ਸਿੰਘ ਜੀ ਨਿੱਜਰ ਰਲ ਮਿਲ ਕੇ ਇਸ਼ਾਰਾ ਕਰਦੇ ਵੀ ਨੰਬਰ ਇਸ ਵੇਲੇ ਗੱਭਰੂ ਨੇ ਆਪਣੀ ਟੀਮ ਲਈ ਜੋੜ ਦਿੱਤਾ ਹੈ। ਸਾਹ ਜੀ ਕਰ ਦਿਓ ਗੱਲ, ਇਸ ਵੇਲੇ ਕਹਿੰਦੇ ਨੌਜਵਾਨ ਗੱਭਰੂ ਨੇ ਕਬੱਡੀ ਪਾ ਦਿੱਤੀ ਹੈ। ਗੁਰਪ੍ਰੀਤ ਜੀ ਸੀਹਾਂ ਦੌਦ ਵਾਲੇ, ਉਹ ਵੀ ਆਪਣੀ ਟੀਮ ਦੇ ਨਾਲ। ਉੱਧਰ ਰੇਸ਼ਮ ਜੀ ਕਰਨ ਘੁਮਾਣ ਹੋਣਾ ਦੀ ਖੇਡ ਕਲੱਬ ਇੰਟਰਨੈਸ਼ਨਲ ਆਇਆ ਨੇ, ਕਹਿੰਦੇ ਵੀ ਨਾਥ ਬੱਲੇ ਬੱਲੇ ਕਰਵਾ ਰਿਹਾ ਹੈ। ਟਿੱਬੇ ਵਾਲਾ ਬੰਟੀ ਅਗਲੀ ਰੇਡ ਪਾਉਣ ਦੇ ਲਈ ਵੱਧ ਰਿਹਾ। ਆਹ ਨੰਬਰ ਲਈ $100 ਦਿੱਤਾ ਜਾਊਗਾ GBL ਲੋਜਿਸਟਿਕ ਮੌਂਟਰੀਅਲ ਅਤੇ OTT ਮੌਂਟਰੀਅਲ ਵੱਲੋਂ। ਆਹ ਨੰਬਰ ਦੇ ਵਾਸਤੇ $100 ਦੇ ਮਾਨ ਸਨਮਾਨ ਹੋਣਗੇ। ਲਓ ਖੁਸ਼ੀ ਅਤੇ ਬੰਟੀ ਦਾ ਮੁਕਾਬਲਾ, ਸੋ ਪੁਆਇੰਟ ਬੰਟੀ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ। ਕਾਲਾ UK, ਵਿੱਕੀ UK, ਲਾਲੀ USA ਦੇ ਬਿੰਦਾ ਭਰੋਲੀ UK, ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਲਓ ਅਗਲੀ ਰੇਡ ਰਵੀ ਕੈਲਰਮ ਵਾਲਾ, ਲਾਲੀ ਭਰੋਲੀ ਉਹਨਾਂ ਦਾ USA ਤੋਂ, ਔਰ ਬਿੰਦਾ ਜੀ ਸਾਡੇ ਭਰੋਲੀ, ਵਿੱਕੀ UK ਅਤੇ ਕਾਲੇ UK ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ। ਸਾਹਮਣੇ ਪਈ ਹੋਈ ਰਵੀ ਦੀ ਰੇਡ, ਆਹ ਮੁੰਡਾ ਵੀ ਕਬੱਡੀਆਂ ਸਿਰੇ ਦੀਆਂ ਪਾਉਂਦਾ ਹੈ, ਪਿਛਲੇ ਕੱਪ ਦਾ ਵੀ ਬੈਸਟ, ਅੱਜ ਕੌਣ ਬੈਸਟ ਬਣਦਾ, ਗੱਲ ਸਮੇਂ ਦੀ ਹੈ। ਆਓ ਜੀਤੇ ਦੀ ਕੋਸ਼ਿਸ਼ ਕਿ ਧੂੜਾ ਪੱਟੀ ਜਾਂਦੇ ਨੇ ਜਿਹਨਾਂ ਦੁੱਧ ਮਾਵਾਂ ਦਾ ਪੀਤਾ, ਲੋਕੋ ਫੜਨੇ ਸੌਖੇ ਨਹੀਂ ਦੁੱਲਾ ਲੱਖਾਂ 'ਤੇ ਕੁੱਲ ਜੀਤਾ, ਲੋਕੋ ਫੜਨੇ ਸੌਖੇ ਨਹੀਂ ਦੁੱਲਾ ਲੱਖਾਂ 'ਤੇ ਕੁੱਲ ਜੀਤਾ। ਆਹ ਨੌਜਵਾਨ ਜੱਸਾ ਪਰਸਰਾਮਪੁਰੀ ਹੈ, ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ। ਹੁਣ ਚਿੱਟੀ ਵਾਲਾ ਜੱਗਾ, ਦੁੱਗਾਂ ਵਾਲਾ ਖੁਸ਼ੀ ਹੈ, ਔਰ ਕਹਿੰਦੇ ਜਤਿੰਦਰ ਅਤੇ ਸ਼ਾਕਾ ਚਾਰੇ ਜਾਫੀ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਤਿਆਰ ਨੇ। ਔਰ ਸਾਹਮਣੇ ਸ਼ਾਕੇ ਦੀ ਕੋਸ਼ਿਸ਼, ਪਰ ਸਫਲਤਾ ਧਾਵੀ ਦੇ ਕਦਮ ਚੁੰਮ ਰਹੀ ਹੈ। ਚਿੱਤਪਾਲ ਚਿੱਟੀ ਵਾਲੇ ਦੀ ਰੇਡ ਅਤੇ ਉਸਤਾਦ ਜੀ ਚਿੱਤਪਾਲ ਚਿੱਟੀ ਵਾਲੇ ਦੀ ਅਗਲੀ ਰੇਡ ਫਿਰ ਮੈਦਾਨ ਦੇ ਅੰਦਰ ਪੈਂਦੀ ਹੋਈ। ਬਾਬ ਚੋਟੀ ਦਾ ਸੈਕਿੰਡ ਸੈਮੀਫਾਈਨਲ ਖੇਡਿਆ ਜਾ ਰਿਹਾ, ਸੈਕਿੰਡ ਹਾਫ ਦੀ ਖੇਡ ਖੇਡੀ ਜਾ ਰਹੀ ਹੈ। BVD ਪੈਟਰੋਲੀਅਮ ਦਾ ਬਹੁਤ ਵੱਡਾ ਸਹਿਯੋਗ ਹੈ, ਸਾਰੇ ਸਪੌਂਸਰ ਦਾ ਵੀ ਨਾਲ ਦੀ ਨਾਲ ਬਹੁਤ ਬਹੁਤ ਧੰਨਵਾਦ। ਲਓ ਇਧਰੇ ਪਾਸੇ ਚਿੱਤਪਾਲ ਤਕੜਾ ਨੰਬਰ ਜੁੜਦਾ ਹੋਇਆ, ਲਓ ਪੂਰੀ ਛੰਨਾ ਵਾਲਾ ਅਗਲੀ ਕਬੱਡੀ ਪਾਉਣ ਦੇ ਵਾਸਤੇ, ਭਲਵਾਨਾਂ ਵਰਗਾ ਜੁੱਸਾ ਮੁੰਡੇ ਦਾ, ਖੁੱਲ੍ਹਾ ਜਿਹਾ ਸਰੀਰ, ਖੁੱਲ੍ਹੇ ਹੱਡ ਪੈਰ। ਆਓ ਮੈਦਾਨ ਦੇ ਵਿੱਚ ਪਈ ਹੋਈ ਰੇਡ, ਤੇ ਦੂਸਰੇ ਪਾਸੇ ਸ਼ਾਕਾ 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 ਬੇਸਰ ਕਰ ਜੂ ਬਾਕਾ, ਪਰ ਛੰਨਾ ਵਾਲਾ ਕਮਾਲ ਕਰਦਾ ਹੋਇਆ ਮੇਰੇ ਵੀਰੋ, ਛੰਨਾ ਵਾਲਾ ਕਮਾਲ ਕਰਦਾ ਹੋਇਆ। ਐਨ ਸਿਰੇ ਦਾ ਮੈਚ ਹੈ ਦਰਸ਼ਕ ਵੀਰੋ, ਜੇ ਮੈਚ ਵਧੀਆ ਲੱਗਦਾ ਦੋਨੋਂ ਟੀਮਾਂ ਲਈ ਤਾੜੀਆਂ ਜ਼ੋਰਦਾਰ ਮਾਰ ਦਿਓ। ਸੰਗਤ ਜੁੜੀ ਹੋਈ ਹੈ ਮੈਚ ਦੇ ਨਾਲ, ਐਨ ਸਿਰੇ ਦੀ ਕਬੱਡੀ ਹੋ ਰਹੀ ਹੈ। ਸਾਹਮਣੇ ਛੋਟਾ ਨਾਥ ਪਾ ਰਿਹਾ ਕਬੱਡੀ, ਆਓ ਨੌਜਵਾਨ ਗੱਭਰੂ ਅਰਸ਼ ਦੇ ਨਾਲ ਪਿਆ ਹੋਇਆ ਪੰਗਾ, ਤੇ ਨੰਬਰ ਜਿਹੜਾ ਹੈ ਇਸ ਵੇਲੇ ਧਾਵੀ ਦੇ ਹਿੱਸੇ ਜਾ ਜੁੜਿਆ। ਕਾਲੇ ਦੀ ਰੇਡ ਸਤਾ ਜੀ ਕਰਦੇ, ਕਾਲਾ ਧੂਰ ਕੋਟੀ ਆ, ਗਾਜੀ ਅਣੀ ਦੀ ਚਰਚਾ ਰਹੀ ਦੁਨੀਆਂ ਦੇ ਵਿੱਚ, ਕਾਲੇ ਨਾਮ ਦਾ ਕਬੱਡੀ ਖਿਡਾਰੀ। ਆਹ ਦੇਖਦੇ ਹਾਂ ਵੀ ਕਾਲਾ ਮੈਦਾਨ ਦੇ ਅੰਦਰ ਅਗਲੀ ਰੇਡ ਪਾਉਣ ਦੇ ਵਾਸਤੇ ਵਾਧਾ ਹੋਇਆ ਮੈਦਾਨ ਦੇ ਵਿੱਚ ਪਈ ਹੋਈ ਰੇਡ, ਤੇ ਚਿੱਟੀ ਵਾਲਾ ਗੋਲਡਨ ਬੁਆਏ ਖੇਡ ਕਬੱਡੀ ਦਾ, ਸੁਨੱਖਾ ਜਿਹਾ ਮੁੰਡਾ, ਹੁਣ ਲਾ ਪਾਊ ਜਫਾ ਕੇ ਨਹੀਂ, ਲਾ ਪੁਆਇੰਟ ਧਾਵੀ ਦੇ ਹਿੱਸੇ ਦੇ ਵਿੱਚ ਅੰਕ ਜੁੜਦਾ ਹੋਇਆ।
ਆਓ ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਦੇਖਦੇ ਵੀ ਰਵੀ ਕਲਰਾਮ ਵਾਧਾ ਹੋਇਆ ਮੈਦਾਨ ਦੇ ਅੰਦਰ ਤਾਂ ਇਹ ਰੇਡ ਦੇ ਉੱਪਰ ਕਿਹੜਾ ਜਿਹਾ ਫਲਣ ਦੀ ਕੋਸ਼ਿਸ਼ ਕਰਦਾ ਹੈ। ਪ੍ਰਵਾਸੀ ਬਣ ਜਾਂਦੇ ਨੇ ਜਿਹੜੇ ਨਾ ਚਮਕਾਉਂਦੇ ਨੇ, ਕਈ ਰੇਡਾਂ ਪਾਉਂਦੇ ਨੇ, ਕਈ ਜੱਫੇ ਲਾਉਂਦੇ ਨੇ, ਕਈ ਰੇਡਾਂ ਪਾਉਂਦੇ ਨੇ, ਕਈ ਜੱਫੇ ਲਾਉਂਦੇ ਨੇ। ਆਓ ਨੌਜਵਾਨ ਰਵੀ ਦੀ ਪਈ ਹੋਈ ਰੇਡ, ਹੁਣ ਕਿਹੜਾ ਜਾਫੀ ਲਾਊ ਜੱਫਾ, ਯਾਦਾਂ ਸੁਰਗਪੁਰੀ ਹੈ। ਆਓ ਸਾਹਮਣੇ ਵੇਖਦਾ ਵੀ ਮਨੀਸ਼ ਤੇ ਨੰਬਰ ਜਿਹੜਾ ਹੈ ਇਸ ਵੇਲੇ ਕਹਿੰਦੇ ਧਾਵੀ ਦੇ ਹਿੱਸੇ ਜਾ ਜੁੜਿਆ। ਬੰਟੀ ਹੈ, ਅੜੇ ਮੈਚ ਵਿੱਚ ਰੇਡਾਂ ਪਾਉਣੋਂ ਨਹੀਂ ਹਟਦਾ, ਇਸ ਗੱਲ ਦੀ ਗਰੰਟੀ ਹੈ। ਨਾ ਕੌਡੀ ਵਿੱਚ ਟੌਪ ਤੇ ਚੱਲਦਾ ਟਿੱਬੇ ਵਾਲਾ ਬੰਟੀ, ਇਹ ਵੀ ਕੈਨੇਡਾ ਕੱਪ ਦਾ ਬੈਸਟ ਬਣਨ ਦਾ ਮਾਣ ਮਿਲਿਆ ਹੈ ਔਰ ਇੰਡੀਆ ਦੇ ਸੀਜ਼ਨ ਦਾ ਵੀ ਬੈਸਟ ਬਣਨ ਦਾ ਮਾਣ ਮਿਲਿਆ ਹੈ। ਇਹ ਬੰਟੀ ਦੁਨੀਆ ਦਾ ਟੌਪਰ ਖਿਡਾਰੀ, ਆਹ ਗੋਲਡਨ ਬੁਆਏ, ਰੇਡਰ ਖਰੇ ਖਰੇ ਢਾਏ, ਡੇਰੇ ਆਸਟ੍ਰੇਲੀਆ ਲਾਏ, ਅੱਜ ਧੁੰਮਾ ਵਿੰਡਸਰ ਦੇ ਵਿੱਚ ਪਾਏ। ਪ੍ਰੋਫੈਸਰ ਸਾਹਿਬ ਕਹਿੰਦੇ ਇਹ ਹੈ ਗੋਲਡਨ ਬੁਆਏ। ਆਓ ਸਾਹਮਣੇ ਅਗਲੀ ਰੇਡ। ਹਾਂਜੀ ਉਸਤਾਦ ਜੀ, ਵਾਹ ਜੀ ਵਾਹ, ਗੋਲਡਨ ਬੁਆਏ ਖੇਡ ਕਬੱਡੀ ਦਾ ਬਹੁਤ ਤਕੜਾ ਪ੍ਰਦਰਸ਼ਨ ਮੈਦਾਨ ਦੇ ਅੰਦਰ, ਚੋਟੀ ਦੇ ਕਬੱਡੀ ਖਿਡਾਰੀ ਚੋਟੀ ਦਾ ਪ੍ਰਦਰਸ਼ਨ ਕਰਦੇ ਹੋਏ ਕਿ ਰੇਡਾਂ ਪਾਉਂਦਾ, ਜੱਫੇ ਲਾਉਂਦਾ, ਲੰਬਾ ਡੱਫਰ ਵਾਲਾ, ਸਰੀ ਦੇ ਵਿੱਚ ਪੱਕਾ ਹੋ ਗਿਆ ਮੀਏ ਮਿੰਟ ਦਾ ਕਾਲਾ, ਕਬੱਡੀ ਸਿਰ ਕੈਨੇਡਾ ਵੱਸਦਾ ਤੋਗਾ ਵਾਲ ਦਾ ਤਾਇਆ, ਸੋਨੀ ਸੁਨੇਦ ਨੇ ਵਿੱਚ ਟੋਰਾਂਟੋ ਪੱਕਾ ਡੇਰਾ ਲਾਇਆ। ਇਹ ਪ੍ਰਵਾਸੀ ਬਣ ਜਾਂਦੇ ਨੇ ਜਿਹੜੇ ਨਾ ਚਮਕਾਉਂਦੇ ਨੇ, ਕਈ ਰੇਡਾਂ ਪਾਉਂਦੇ ਨੇ, ਕਈ ਜੱਫੇ ਲਾਉਂਦੇ ਨੇ। ਮੱਖਣ ਅਲੀ ਜੀ ਹੁਣੀ ਨਵੇਂ ਸ਼ੇਰ ਬਣਾਉਂਦੇ ਨੇ, ਉਸਤਾਦ ਜੀ ਕਹਿੰਦੇ ਨਵੇਂ ਖਿਤਾਬ ਦਵਾਉਂਦੇ ਹੈ ਇਹਨਾਂ ਖਿਡਾਰੀਆਂ ਨੂੰ, ਔਰ ਤੁਹਾਡੇ ਬੋਲ ਮੈਚਾਂ ਦੇ ਵਿੱਚ ਜਾਨ ਪਾ ਦਿੰਦੇ ਉਸਤਾਦ ਜੀ। ਇਹ ਤੁਹਾਡੇ ਦੇ ਉੱਤੇ ਖਿਤਾਬ, ਖਿਡਾਰੀਆਂ ਨੂੰ ਹੌਸਲਾ ਵੱਧ ਜਾਂਦਾ ਹੈ। ਜਦ ਮਲਕੀਤ ਅੰਗਰੇਜ਼ ਲਈ ਲਿਖਿਆ ਹੈ ਵੀ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ, ਪਿੰਡ ਸੁਣੀ ਦਾ ਅੜੈਚਾ, ਉੱਥੋਂ ਦਾ ਅੰਗਰੇਜ਼ ਸੁਣੀ ਦਾ ਖੇਡੇ ਵਿੱਚ ਵਲੈਤਾ ਹੈ ਕਿ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਜੰਡ ਅਹਿਮਦਗੜ੍ਹ ਦੇ ਨਾਲ, ਉੱਥੋਂ ਦਾ ਵਾਜੀ ਸੁਣੀ ਦਾ ਜਿਹਦੀ ਯਾਰੀ ਮਿੱਕ ਦੇ ਨਾਲ, ਕਿ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ, ਪਿੰਡ ਸੁਣੀ ਦਾ ਲੋਪੋ, ਉੱਥੋਂ ਦਾ ਇੱਕ ਗੱਗੀ ਸੁਣੀ ਦਾ, ਗੱਲ ਸੁਣ ਲਓ ਮੇਰੀ ਲੋਕੋ। ਉਸਤਾਦ ਜੀ ਇਹ ਗੱਲਾਂ ਲਿਖੀਆਂ ਗਈਆਂ, ਇਤਿਹਾਸ ਬਣਦਾ ਗਿਆ, ਉਸ ਤੋਂ ਬਾਅਦ ਸ਼ੇਰ ਬਣਦੇ ਗਏ, ਬੁਲਾਰੇ ਬੋਲਦੇ ਗਏ। ਤੁਹਾਡੀ ਦੇਣ ਕਬੱਡੀ ਦੇ ਵਿੱਚ ਬਹੁਤ ਵੱਡੀ ਹੈ। ਆਓ ਸਾਹਮਣੇ ਕੈਲਰਮ ਵਾਲੇ ਦੀ ਰੇਡ, ਮੱਖਣ ਅਲੀ ਜੀ ਗੱਲ ਕਰ ਰਹੇ ਆ। ਬਹੁਤ ਬਹੁਤ ਧੰਨਵਾਦ, ਅੱਜ ਮਾਨ ਸਨਮਾਨ ਗੋਲਡ ਮੈਡਲ ਦੇ ਨਾਲ ਪ੍ਰੋਫੈਸਰ ਮੱਖਣ ਸਿੰਘ ਜੀ ਦਾ ਕੀਤਾ ਜਾਊਗਾ। ਖੇਡ ਕਬੱਡੀ ਬਤੌਰੇ ਕਮੈਂਟੇਟਰ ਬਹੁਤ ਵੱਡਾ ਰੋਲ, ਆਹ ਇਧਰਲੇ ਪਾਸੇ ਵੱਡੀ ਖੇਡ, ਵੱਡੀ ਰੇਡ ਤੇ ਵੱਡੇ ਜੱਫੇ ਦੀ ਗੱਲ ਚੱਲਦੀ ਹੋਈ। ਬਹੁਤ ਵਧੀਆ ਰਵੀ ਕਲਰਾਮ, ਇੱਕ ਹੋਰ ਨੰਬਰ ਜੋੜ ਦੇ ਵਿੱਚ ਕਾਮਯਾਬ ਹੁੰਦਾ ਹੋਇਆ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ। ਕੱਲ੍ਹ ਨੂੰ ਮੈਟਰੋ ਪੰਜਾਬੀ ਸਪੋਰਟਸ ਕਲੱਬ, ਬਹੁਤ ਵੱਡਾ ਕਬੱਡੀ ਕੱਪ ਬ੍ਰਮਟਨ, CAA ਦੀਆਂ ਗਰਾਊਂਡਾਂ, 27 ਨੂੰ ਯੂਨਾਈਟਡ ਬ੍ਰਮਟਨ ਦਾ ਵੱਡਾ ਕਬੱਡੀ ਕੱਪ ਅਤੇ 3 ਅਗਸਤ ਨੂੰ ਟੋਰਾਂਟੋ ਦਾ ਕਬੱਡੀ ਕੱਪ। ਕਬੱਡੀ ਦੇ ਇਤਿਹਾਸ ਦੇ ਪੰਨਿਆਂ ਦੇ ਉੱਪਰ 2024 ਦੀ ਇਬਾਰਤ, ਉਹ ਲਿਖਤ ਹੋਰ ਸੁਨਹਿਰੀ ਕਰਕੇ ਲਿਖੀ ਜਾਊਗੀ। ਆਓ ਅਗਲੀ ਰੇਡ ਪਾਉਣ ਦੇ ਵਾਸਤੇ ਫਿਰ ਮੈਦਾਨ ਦੇ ਅੰਦਰ ਰਵੀ ਕੈਲਰਮ ਵਾਲਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ। ਇੰਦਰ ਜੀ ਧੋਗਾ, ਵੀਰਪਾਲ ਧੋਗਾ, ਕਾਲਾ ਧੋਗਾ, ਸੁੱਖਾ ਵਾਸੀ, ਹਰਵਿੰਦਰ ਵਾਸੀ, ਮਾਣੂ ਕੇ ਸੰਧੂਆਂ ਦੇ ਧੀਰੇ ਸੰਧੂ ਉਹਨਾਂ ਦੀ ਟੀਮ, ਮਨਜੀਤ ਸਿੰਘ ਗੋਤੜਾ ਉਹਨਾਂ ਦੀ। ਆਓ ਨੌਜਵਾਨ ਗੱਭਰੂ ਦੀ ਪਈ ਹੋਈ ਰੇਡ, ਔਰ ਦੂਸਰੇ ਪਾਸੇ ਕਬੱਡੀ ਫੈਡਰੇਸ਼ਨ ਆਫ ਅੰਟਾਰੀਓ ਦੇ ਪ੍ਰਧਾਨ ਜਸਵਿੰਦਰ ਸਿੰਘ ਸ਼ੋਕਰ ਉਹਨਾਂ ਦੀ ਟੀਮ ਖੇਡ ਰਹੀ ਹੈ ਮੋਰੂ ਪਿੰਡ ਵਾਲੇ ਗੋਖੇ ਟਵਾਲ ਦੀ। ਤੇ ਸਾਹਮਣੇ ਵੇਖਦਾ ਵੀ ਨੰਬਰ ਜਿਹੜਾ ਹੈ ਉਹ ਰੇਡਰ ਦੇ ਹਿੱਸੇ ਜਾ ਜੁੜਿਆ। ਕੱਲ੍ਹ ਦਾ ਟੂਰਨਾਮੈਂਟ ਮੈਟਰੋ ਪੰਜਾਬੀ ਸਪੋਰਟਸ ਕਲੱਬ ਦਾ ਕਬੱਡੀ ਦੇ ਗਲੇਡੀਏਟਰ ਸੰਦੀਪ ਨੰਗਲੰਬੀਆਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਸਾਹਮਣੇ ਨੌਜਵਾਨ ਕਾਲੇ ਦੀ ਪਈ ਹੋਈ ਰੇਡ, ਹੁਣ ਦੁੱਗਾ ਵਾਲਾ ਖੁਸ਼ੀ ਕਿਹੋ ਜਿਹਾ ਕਮਾਲ ਕਰਦਾ ਹੈ। ਆਓ ਸਾਹਮਣੇ ਨੌਜਵਾਨ ਦੀ ਕੀਤੀ ਹੋਈ ਕੋਸ਼ਿਸ਼, ਤੇ ਨੰਬਰ ਇਸ ਵੇਲੇ ਧਾਵੀ ਦਾ ਹੈ। ਆਹ ਹੈ ਅਮਰਤ ਨਾਥ, ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਸੀਹਾਂ ਦੌੜ ਦੀ ਧਰਤੀ ਹੈ, ਆਓ ਵੇਖਦਾ ਵੀ
ਚੜ੍ਹਦੀ ਉਮਰ ਹੈ, ਮੁੱਛ ਘੁੱਟ ਗੱਭਰੂ ਕਮਾਲ ਕਰ ਰਿਹਾ ਟਿੱਬੇ ਵਾਲਾ ਬੰਟੀ। ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਖੇਡ ਇਹਦੀ ਹੈ ਪਿਆਰੀ ਮਾਣਕਰ ਦਾ ਟਰੰਗੇ ਵਾਲਾ ਤਾਰੀ, ਮੁੰਡੇ ਦੀ ਕੌਡੀ ਵਿੱਚ ਸਰਦਾਰੀ, ਇਹਦੀ ਖੇਡ ਬੜੀ ਹੈ ਪਿਆਰੀ, ਮੁੰਡੇ ਦੀ ਕੌਡੀ ਵਿੱਚ ਸਰਦਾਰੀ। ਇਹ ਹੈ ਬੰਟੀ ਦੀ ਰੇਡ ਤੇ ਮੱਖਣ ਵਾਲੀ ਜੀ ਗੱਲ ਕਰ ਰਹੇ ਹੈ ਬੰਟੀ। ਔਰ ਦੂਸਰੇ ਪਾਸੇ ਸ਼ਾਕਾ ਕਰਦਾ ਕੋਸ਼ਿਸ਼, ਸਾਡੇ ਪੱਪੂ ਭਦੌੜ ਜੀ ਰੈਫਰੀ ਸਾਹਿਬ ਦਾ ਮਾਨ ਸਨਮਾਨ ਕੀਤਾ ਜਾਊਗਾ। ਅਮਰਜੀਤ ਸਿੰਘ ਜੀ ਗਰੇਵਾਲ ਮੈਡਰੋ ਪੰਜਾਬੀ ਸਪੋਰਟਸ ਕਲੱਬ ਦੇ ਪ੍ਰਧਾਨ ਰਹੇ ਨੇ ਜਦੋਂ ਪੱਪੂ ਖੇਡਦਾ ਸੀਗਾ, ਅਮਰਜੀਤ ਸਿੰਘ ਜੀ ਗਰੇਵਾਲ ਪ੍ਰਧਾਨ ਹੁੰਦੇ ਸਨ। ਸੋ ਮਾਨ ਸਨਮਾਨ ਕੀਤਾ ਜਾਊਗਾ ਅਮਰਜੀਤ ਸਿੰਘ ਜੀ ਗਰੇਵਾਲ, ਹੈਰੀ ਸਿੱਧੂ ਜੀ ਅਤੇ ਨਾਲ ਪਵਨ ਗਰੇਵਾਲ ਜੀ, ਇਹਨਾਂ ਸ਼ਖਸੀਅਤਾਂ ਵੱਲੋਂ ਇਹ ਮਾਨ ਸਨਮਾਨ ਦਿੱਤਾ ਜਾਊਗਾ। ਲਾਓ ਚਿੱਤਪਾਲ ਬਹੁਤ ਵਧੀਆ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ। ਅਗਲੀ ਰੇਡ ਪਾਉਣ ਦੇ ਲਈ ਜੱਸਾ ਪਰਸਰਾਮਪੁਰੀਆ ਮੈਦਾਨ ਦੇ ਅੰਦਰ ਵਧਦਾ ਹੋਇਆ ਕਬੱਡੀ ਖਿਡਾਰੀ। ਲਾਓ ਜੱਸੇ ਦੀ ਰੇਡ ਪੈਂਦੀ ਹੋਈ ਬਿੰਦਿਆ, ਆਹ ਮੁੰਡੇ ਦੀ ਰੇਡ ਤੇ $200 ਬਣਦਾ। ਆਪਾਂ ਲਾ ਦਈਏ ਵੀ $200 ਦਿੱਤਾ ਜਾਊਗਾ ਆਹ ਨੰਬਰ ਦੇ ਵਾਸਤੇ। ਕਾਲਾ ਯੂਕੇ ਜੀ, ਵਿੱਕੀ ਯੂਕੇ ਜੀ, ਲਾਲੀ ਭਰੋਲੀ ਤੇ ਬਿੰਦਾ ਭਰੋਲੀ ਸਾਡੇ, $200 ਜੱਸੇ ਦੇ ਲਈ ਐਨ ਮਾਨ ਸਨਮਾਨ। ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਬਿੰਦਾ ਭਰੋਲੀ ਜੀ ਹੁਣੀ ਖਿਡਾਰੀਆਂ ਦੇ ਲਈ ਸੁਬਾਹ ਤੋਂ ਲੈ ਕੇ। ਹਾਂ ਬੱਬੂ